ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ ਜੁਗੋ ਜੋਗੇ ਅਟਲ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਤੇ ਮੁਬਾਰਕ ਚਰਨਾਂ ਅੰਦਰ ਸੁਭਾਇਮਾਨ ਹੋ ਕੇ ਮੀਰੀ ਔਰ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਤੇ ਮੁਬਾਰਕ ਪ੍ਰਕਾਸ਼ ਗੁਰਪੁਰਬ ਨੂੰ ਮਨਾ ਰਹੀ ਗੁਰੂ ਕੀ ਸੰਗਤ, ਵਡਭਾਗੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੋਈ ਹੈ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਆਪਣੇ ਵੱਡਿਆਂ ਦੀਆਂ ਕਹਾਣੀਆਂ, ਆਪਣੇ ਵੱਡਿਆਂ ਦਾ ਇਤਿਹਾਸ, ਆਪਣੇ ਵੱਡਿਆਂ ਦੇ ਚੱਲੇ ਹੋਏ ਮਾਰਗ ਦੇ ਉੱਤੇ ਚੱਲਣਾ, ਇਹ ਨੇਕ ਧੀਆਂ ਪੁੱਤਾਂ ਦੇ ਹਿੱਸੇ ਆਉਂਦਾ ਹੈ। ਤਿੰਨ ਤਰ੍ਹਾਂ ਦੀ ਔਲਾਦ ਆ, ਇੱਕ ਹੁੰਦਾ ਪੁੱਤ, ਫਿਰ ਸਪੁੱਤ, ਫਿਰ ਉਸ ਤੋਂ ਬਾਅਦ ਆਉਂਦਾ ਕਪੁੱਤ। ਪੁੱਤ ਆਪਾਂ ਉਹਨੂੰ ਕਹਿ ਦਿੰਦੇ ਹਾਂ ਜਿਹਨੇ, ਜੋ ਪਿਓ ਦਾਦੇ ਦਾ ਵਿਰਸਾ ਸੀ, ਜਾਇਦਾਦ ਸੀ, ਕੁਝ ਵੀ ਲਾ ਲਓ, ਉਹਦੇ 'ਚ ਵਾਧਾ ਨਹੀਂ ਕੁਝ ਕੀਤਾ ਤੇ ਉਹਦੇ 'ਚ ਘਾਟਾ ਵੀ ਕੁਝ ਨਹੀਂ ਕੀਤਾ, ਜੋ ਮਿਲਿਆ ਸੀ ਉੱਥੇ ਰੱਖਿਆ। ਨੂੰ ਕਹਿੰਦੇ ਚੰਗਾ ਪੋਤਿਆ, ਇਹਨੇ ਸਾਂਭ ਕੇ ਰੱਖਿਆ। ਆਪਣੀ ਜ਼ਬਾਨ 'ਤੇ ਅਕਸਰ ਇੱਕ ਸ਼ਬਦ ਹੁੰਦਾ ਹੈ, ਇਹਨੇ ਪਿਓ ਦਾਦੇ ਦਾ ਵਿਰਸਾ ਸਾਂਭਿਆ ਵਾ, ਮਤਲਬ ਚੀਜ਼ ਸਾਂਭ ਕੇ ਰੱਖੀ ਆ, ਇਹ ਬਹੁਤ ਨੇਕ ਪੋਤਿਆ। ਉਸ ਤੋਂ ਬਾਅਦ ਆਉਂਦਾ ਸਪੁੱਤ। ਸਪੁੱਤ ਉਹ ਹੁੰਦਾ ਵਾ ਜਿਹੜਾ ਮੁੜ ਕੇ ਆਪਣੇ ਪਿਓ ਦਾਦੇ ਦੀਆਂ ਚੀਜ਼ਾਂ ਨੂੰ ਜਾਂ ਉਹਨਾਂ ਦੇ ਦਿੱਤੇ ਹੋਏ ਵਿਰਸੇ ਨੂੰ ਬਹੁਤ ਬੁਲੰਦੀਆਂ ਤੱਕ ਲੈ ਕੇ ਜਾਂਦਾ। ਫਿਰ ਉਹ ਪੂਰੀ ਦੁਨੀਆ ਦੇ ਵਿੱਚ ਦੱਸਦਾ ਵੀ ਸਾਡਾ ਇਤਿਹਾਸ ਆਹ ਵਾ, ਸਾਡੇ ਵੱਡਿਆਂ ਦਾ ਵਿਰਸਾ ਆਹ ਵਾ, ਅਸੀਂ ਆਹ ਹੁੰਦੇ ਹਾਂ। ਤੁਸੀਂ ਜਿੰਨੇ ਬੈਠੇ ਹੋ ਸਪੁੱਤ ਬਣ ਕੇ ਬੈਠੇ ਹੋ, ਕਿਉਂਕਿ ਤੁਸੀਂ ਪੂਰੀ ਦੁਨੀਆ ਨੂੰ ਦੱਸਿਆ ਵੀ ਸਿੱਖ ਕੀ ਆ, ਸਾਡੇ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਕੀ ਆ, ਦਸਵੇਂ ਪਾਤਸ਼ਾਹ ਦਾ ਫਲਸਫਾ ਕੀ ਆ, ਸਾਡੀ ਬਾਣੀ ਕੀ ਕਹਿੰਦੀ ਆ, ਅਸੀਂ ਇਹ ਪੂਰੀ ਦੁਨੀਆ ਨੂੰ ਅੱਜ ਦੀ ਡੇਟ ਅੰਦਰ ਦੱਸਿਆ। ਹਜ਼ਾਰਾਂ ਲੱਖਾਂ ਬੰਦੇ ਤੁਰੇ ਜਾਂਦੇ ਹੋਣ, ਇਹ ਸਾਡੀ ਪਛਾਣ ਆ। ਇੱਕ ਬੰਦਾ ਪੱਗ ਵਾਲਾ ਤੁਰਿਆ ਜਾਂਦਾ, ਲੋਕ ਕਹਿੰਦੇ ਸਰਦਾਰ ਜੀ ਤੁਰਿਆ ਜਾਂਦਾ, ਮਿਸਟਰ ਸਿੰਘ ਤੁਰਿਆ ਜਾਂਦਾ। ਇਹ ਸਾਡੀ ਅਚੀਵਮੈਂਟ ਆ, ਇਹ ਸਾਡੀ ਪ੍ਰਾਪਤੀ ਆ। ਚਾਹੇ ਤੁਸੀਂ ਇੱਥੇ ਬੈਠੇ ਹੋ, ਚਾਹੇ ਤੁਸੀਂ ਕਿਸੇ ਫੋਰਨ ਕੰਟਰੀ 'ਚ ਬੈਠੇ ਹੋ, ਤੁਰੇ ਜਾਂਦੇ ਬੰਦੇ ਨੂੰ ਲੋਕ ਸਰਦਾਰ ਜੀ ਕਹਿ ਦਿੰਦੇ, ਤਾਂ ਮਤਲਬ ਤੁਸੀਂ ਬਹੁਤ ਕੁਝ ਪ੍ਰਾਪਤ ਕੀਤਾ, ਆਪਣੀ ਪਛਾਣ ਦੱਸੀ ਆ, ਤੁਸੀਂ ਸਪੁੱਤ ਬਣੇ ਹੋ। ਇੱਕ ਹੁੰਦਾ ਕਪੁੱਤ, ਜੋ ਪਿਓ ਦਾਦੇ ਵੱਲੋਂ ਮਿਲਿਆ ਸੀ ਉਹਨੇ ਨਾ ਤਾਂ ਸਾਂਭਿਆ ਅਤੇ ਨਾ ਵਾਧਾ ਹੀ ਕੀਤਾ, ਸਗੋਂ ਘਾਟੇ 'ਚ ਜ਼ਰੂਰ ਖੜਿਆ। ਅਤੇ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼, ਤੁਹਾਡੇ ਉੱਤੇ ਗੁਰੂ ਬਾਬੇ ਨੇ ਤਰਸ ਕੀਤਾ। ਆਓ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਦੇ ਨਾਲ ਸੰਬੰਧਿਤ ਆਪਾਂ ਇਸ ਪਹਿਲੇ ਦੀਵਾਨ ਦੀ ਹਾਜ਼ਰੀ ਭਰੀ ਆ। ਤਿੰਨ ਦੀਵਾਨਾਂ 'ਚ ਢਾਡੀ ਜਥਾ ਹਾਜ਼ਰੀ ਭਰੇਗਾ ਪ੍ਰੋਗਰਾਮ। ਗਿਆਨੀ ਜੀ ਹੋਣੀ, ਸਤਿਕਾਰਯੋਗ ਭਾਈ ਸਾਹਿਬ ਭਾਈ ਦਲਜੀਤ ਸਿੰਘ ਤੁਹਾਡੇ ਨਾਲ ਸਾਂਝਾ ਕਰ ਦੇਣਗੇ ਕਿ ਕੱਲ੍ਹ ਦਾ ਦੀਵਾਨ ਕਿੱਥੇ ਆ, ਕੱਲ੍ਹ ਰਾਤ ਦਾ ਕਿੱਥੇ ਆ। ਆਪਾਂ ਇੱਕ ਲੜੀ ਬਣਾ ਕੇ ਇਹਨਾਂ ਪ੍ਰਸੰਗਾਂ ਦੇ ਵਿੱਚ ਚੱਲਾਂਗੇ। ਸੋ ਤੁਸੀਂ ਬੇਹੱਦ ਪਿਆਰ ਬਖਸ਼ਿਆ, ਮੈਂ ਧੰਨਵਾਦ ਕਰਦਾ ਹਾਂ ਜਿੱਥੇ ਇਸ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ। ਉੱਥੇ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਬੈਠੇ ਆ, ਜਿਨ੍ਹਾਂ ਨੇ ਹੁਕਮ ਲਾ ਕੇ ਗੁਰੂ ਕੀ ਸੰਗਤ ਦੇ ਦਰਸ਼ਨ ਦੀਦਾਰੇ ਕਰਵਾਏ ਆ, ਅਤੇ ਬੜੀ ਜ਼ਿੰਮੇਵਾਰੀ ਦੇ ਨਾਲ। ਇਹ ਨਹੀਂ ਕਿ ਜਥਾ ਬੁੱਕ ਕਰ ਲਿਆ ਅਤੇ ਮੁੜ ਕੇ ਉਦਣ ਹੀ ਪੁੱਛਣਾ ਜਿੱਦਣ ਪ੍ਰੋਗਰਾਮ ਆ। ਉਹ ਗਾਏ ਬਗਾਏ ਵੀ ਸਾਡੇ ਨਾਲ ਸੰਪਰਕ ਰੱਖਦੇ ਰਹੇ ਵੀ ਆਹ ਕੰਮ ਇੱਥੇ ਪਹੁੰਚ ਗਿਆ ਵਾ, ਆਹ ਕੰਮ ਇੱਥੇ ਪਹੁੰਚ ਗਿਆ ਵਾ, ਇੰਨੀ ਨੂੰ ਆ ਜਿਓ। ਇੱਕ
ਆਪਣੇ ਆਪ ਅੰਦਰ ਵੀ ਮਾਣ ਹੁੰਦਾ ਵੀ ਜਿਨ੍ਹਾਂ ਨੇ ਸੱਦਿਆ ਉਹ ਸਾਡੀ ਇੱਥੋਂ ਤੱਕ ਪੈੜ ਨੱਪਦੇ ਆ, ਇਹਦੇ 'ਚ ਸਾਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਆ। ਸੋ ਧੰਨਵਾਦ ਕਰਦਾ ਜੀ ਤੁਹਾਡਾ, ਗੁਰੂ ਕਿਰਪਾ ਕਰੇ, ਆਓ ਫਤਿਹ ਦਰ ਪ੍ਰਵਾਨ ਕਰੋ, ਗੱਜ ਕੇ ਫਤਿਹ ਬੁਲਾਓ, ਫਿਰ ਆਪਾਂ ਸਮੇਂ ਦੇ ਵਿੱਚ ਰਹਿ ਕੇ ਇਹੀ ਕੁਝ ਵਿਚਾਰਾਂ ਗੁਰੂ ਪਾਤਸ਼ਾਹ ਦੇ ਜੀਵਨ ਵਿੱਚੋਂ ਸਾਂਝੀਆਂ ਕਰਾਂਗੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਰੂਆਤ ਆਪਾਂ ਜਨਮ ਤੋਂ ਕਰਦੇ ਹਾਂ ਤਾਂ ਜੋ ਇੱਕ ਲੜੀ ਬੱਝ ਜਾਵੇ ਅਤੇ ਮੋਟੇ ਮੋਟੇ ਪੁਆਇੰਟ ਵੀ ਤੁਹਾਡੇ ਨਾਲ ਸਾਂਝੇ ਕੀਤੇ ਜਾਣ। ਮੀਰੀ ਔਰ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਨਮ ਹੁੰਦਾ ਵਾ ਨਗਰ ਗੁਰੂ ਕੀ ਵਡਾਲੀ। 22 ਤਰੀਕ ਨੂੰ ਪਾਤਸ਼ਾਹ ਦਾ ਪ੍ਰਕਾਸ਼ ਸੀ, ਪਿੰਡ ਗੁਰੂ ਕੀ ਵਡਾਲੀ ਮੇਰੇ ਘਰ ਤੋਂ ਪੂਰਾ 2 ਕਿਲੋਮੀਟਰ ਆ, ਬਿਲਕੁਲ ਘਰ ਤੋਂ ਦਿਸਦਾ ਵਾ, ਛੱਤ ਤੋਂ ਦਿਸ ਜਾਂਦਾ ਗੁਰਦੁਆਰਾ ਸਾਹਿਬ। ਇਹਨੂੰ ਗੁਰੂ ਕੀ ਵਡਾਲੀ ਤਦ ਕਿਹਾ ਜਾਂਦਾ ਵਾ ਕਿਉਂਕਿ ਇੱਥੇ ਗੁਰੂ ਦੇ ਚਰਨ ਪਏ ਆ। ਉੱਦਾਂ ਪੁਰਾਣਾ ਨਾਂ ਇਹਦਾ ਹੈਗਾ ਵਾ ਨੱਤਿਆਂ ਦੀ ਵਡਾਲੀ, ਜੋ ਪਹਿਲਾ ਨਾਂ ਵਾ ਇਹਨੂੰ ਨੱਤਿਆਂ ਦੀ ਵਡਾਲੀ ਕਿਹਾ ਜਾਂਦਾ, ਪਰ ਜਿੱਦਣ ਚਰਨ ਮੇਰੇ ਗੁਰੂ ਦੇ ਪੈਂਦੇ ਆ ਇਹ ਨੱਤਿਆਂ ਦੀ ਵਡਾਲੀ ਨਹੀਂ, ਇਹ ਗੁਰੂ ਕੀ ਵਡਾਲੀ ਬਣ ਜਾਂਦਾ। ਹੁਣ ਕਲਕੱਤਾ ਤੁਹਾਡੇ ਵਾਸਤੇ ਤਾਂ ਸ਼ਹਿਰ ਏ, ਦੁਨੀਆ ਵਾਸਤੇ ਵੀ ਇੱਕ ਸ਼ਹਿਰ ਏ, ਪਰ ਤੁਸੀਂ ਜਾਣਦੇ ਹੋ ਕਿ ਇੱਥੇ ਕੁੱਲ ਸ੍ਰਿਸ਼ਟੀ ਦੇ ਮਾਲਕ ਗੁਰੂ ਨਾਨਕ ਨੇ ਇਸ ਧਰਤੀ ਨੂੰ ਭਾਗ ਲਾਇਆ। ਇੱਥੇ ਗਰੀਬਾਂ ਮਜ਼ਲੂਮਾਂ ਦੁਖੀਆਂ ਦੀ ਬਾਂਹ ਫੜਨ ਵਾਲੇ 9ਵੇਂ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਚਰਨ ਪਾਏ ਆ। ਦੁਨੀਆ ਵਾਸਤੇ ਸ਼ਹਿਰ ਹੋਊਗਾ, ਪਰ ਦੋ ਪਾਤਸ਼ਾਹੀਆਂ ਦੇ ਸੰਬੰਧ ਜੁੜਨ ਕਰਕੇ ਤੁਹਾਡੀਆਂ ਭਾਵਨਾਵਾਂ ਇਸ ਸ਼ਹਿਰ ਨਾਲ ਸਦਾ ਹੀ ਜੁੜੀਆਂ ਰਹਿਣਗੀਆਂ, ਕਿਉਂਕਿ ਚਰਨ ਸਾਡੇ ਗੁਰੂ ਦੇ ਪਏ ਆ। ਹੁਣ ਗੁਰੂ ਦੇ ਚਰਨਾਂ 'ਚ ਬਰਕਤ ਕਿੰਨੀ ਆ, ਦੁਨੀਆ ਉੱਤੇ ਥੜੇ ਬਹੁਤ ਆ, ਆਮ ਹੀ ਥੜੇ ਆਪਾਂ ਵੇਖ ਲੈਂਦੇ ਹਾਂ, ਸਿੱਖ ਥੜੇ ਨੂੰ ਮੱਥਾ ਨਹੀਂ ਟੇਕਦਾ, ਪਰ ਜਿਹੜੇ ਥੜੇ ਉੱਤੇ ਮੇਰਾ ਗੁਰੂ ਆ ਕੇ ਸੁਭਾਏਮਾਨ ਹੋ ਗਿਆ, ਜਿਹੜੇ ਥੜੇ ਨੂੰ ਮੇਰੇ ਗੁਰੂ ਨੇ ਚਰਨ ਲਾ ਦਿੱਤੇ, ਲੋਕਾਂ ਨੇ ਥੜਾ ਨਹੀਂ ਆਖਿਆ, ਲੋਕਾਂ ਨੇ ਥੜਾ ਸਾਹਿਬ ਕਹਿ ਕੇ ਮੱਥਾ ਟੇਕਿਆ ਵਾ, ਕਿਉਂਕਿ ਚਰਨ ਮੇਰੇ ਗੁਰੂ ਦੇ ਪਏ ਸੀ। ਹੁਣ ਦੁਨੀਆ 'ਤੇ ਰੁੱਖ ਬਹੁਤ ਆ, ਕਿਤੇ ਪਿੱਪਲ ਆ, ਕਿਤੇ ਟਾਹਲੀ ਆ, ਕਿਤੇ ਬੋੜ ਆ, ਕਿਤੇ ਕੁਝ ਆ, ਕਿਤੇ ਕੁਝ ਆ, ਸਿੱਖ ਰੁੱਖਾਂ ਦਾ ਪੁਜਾਰੀ ਨਹੀਂ, ਪਰ ਜਿਹੜੇ ਰੁੱਖ ਥੱਲੇ ਮੇਰਾ ਗੁਰੂ ਆ ਕੇ ਬਹਿ ਗਿਆ, ਲੋਕਾਂ ਨੇ ਬੇਰੀ ਨਹੀਂ ਆਖਿਆ, ਲੋਕਾਂ ਨੇ ਬੇਰ ਸਾਹਿਬ ਕਹਿ ਦਿੱਤਾ, ਲੋਕਾਂ ਨੇ ਬੋੜ ਨਹੀਂ ਆਖਿਆ, ਬੋੜੀ ਸਾਹਿਬ ਕਹਿ ਦਿੱਤਾ, ਪਿੱਪਲ ਨਹੀਂ ਆਖਿਆ, ਪਿੱਪਲੀ ਸਾਹਿਬ ਕਹਿ ਦਿੱਤਾ। ਸਿੱਖ ਰੁੱਖਾਂ ਦਾ ਪੁਜਾਰੀ ਨਹੀਂ, ਪਰ ਜਿਹੜੇ ਰੁੱਖ ਦੇ ਥੱਲੇ ਮੇਰੇ ਗੁਰੂ ਦੇ ਚਰਨ ਲੱਗਿਆ ਸਾਡੇ ਲਈ ਉਹ ਵੀ ਪੂਜਣ ਯੋਗ ਹੋ ਗਿਆ। ਕਿਉਂ? ਕਿਉਂਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਸਾਡੇ ਵਾਸਤੇ ਕਲਕੱਤਾ ਹੀ ਸਾਰਾ ਕੁਝ ਆ, ਗੁਰਦੁਆਰਾ ਬੜਾ ਸੰਗਤ ਹੀ ਸਾਰਾ ਕੁਝ ਆ। ਕਿਉਂ? ਕਿਉਂਕਿ ਚਰਨ ਮੇਰੇ ਗੁਰੂ ਦੇ ਪਏ ਆ। ਮੁਬਾਰਕ ਧਰਤੀ ਆ ਜਿਸ ਧਰਤੀ ਉੱਤੇ ਤੁਸੀਂ ਸੁਭਾਏਮਾਨ ਹੋ, ਖੁਸ਼ ਕਿਸਮਤ ਸਮਝੋ। ਦੁਨੀਆ 'ਤੇ ਬੜੇ ਬੜੇ ਸ਼ਹਿਰ ਹੈਗੇ ਨੇ, ਬੜੇ ਬੜੇ ਸੋਹਣੇ, ਤੁਹਾਡੇ ਤੋਂ ਵੀ ਆਲੀਸ਼ਾਨ ਗੁਰਦੁਆਰੇ ਹੋਣਗੇ, ਪਰ ਜਦੋਂ ਗੁਰੂ ਦੇ ਚਰਨ ਲੱਗਣ ਦੀ ਗੱਲ ਹੋਊਗੀ ਉਦੋਂ ਤੁਸੀਂ ਮਾਣ ਨਾ ਕਹੋਗੇ, ਦੋ ਪਾਤਸ਼ਾਹੀਆਂ ਦੇ ਚਰਨ ਲੱਗੇ ਨੇ ਸਾਡੀ ਧਰਤੀ ਨੂੰ। ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼ੁਰੂਆਤ ਆਪਾਂ ਕਰਦੇ ਹਾਂ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ 3 ਪੁੱਤਰ ਨੇ, ਗੁਰੂ ਰਾਮਦਾਸ ਮਹਾਰਾਜ ਦੇ 3 ਸਪੁੱਤਰ। ਸਭ ਤੋਂ ਵੱਡਾ ਬਾਬਾ ਪ੍ਰਿਥੀ ਚੰਦ, ਦੂਜੇ ਨੰਬਰ ਉੱਤੇ ਬਾਬਾ ਮਹਾਦੇਵ, ਅਤੇ ਤੀਸਰੇ ਨੰਬਰ ਉੱਤੇ ਆਉਂਦੇ ਆ ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਗੁਰੂ ਰਾਮਦਾਸ ਮਹਾਰਾਜ ਨੇ ਆਪਣੀ ਜਗ੍ਹਾ ਉੱਤੇ ਜਿਹਨੂੰ ਗੁਰੂ ਬਣਾਇਆ ਉਹ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਬਣਾਇਆ।
ਜਦੋਂ ਸਭ ਤੋਂ ਛੋਟੇ ਪੁੱਤਰ ਨੂੰ ਗੁਰੂ ਬਣਾਇਆ ਤੇ ਜਿਹੜਾ ਸਭ ਤੋਂ ਵੱਡਾ ਵਾ ਬਾਬਾ ਪਿਰਥੀ ਚੰਦ, ਉਹ ਸਾਬੀ ਕਿਤਾਬੀ ਬਹੁਤ ਸੀ, ਜਾਣੀ ਕਿ ਉਹਨੂੰ ਦੁਨੀਆਦਾਰੀ ਦਾ ਬਹੁਤ ਪਤਾ ਸੀ, ਕਿਹੜੀ ਚੀਜ਼ ਕਿੱਥੇ ਆ ਰਹੀ ਆ, ਕਿਹੜਾ ਸਮਾਨ ਲੰਗਰ 'ਚ ਆ ਰਿਹਾ, ਜਾਣੀ ਕਿ ਜਿੰਨਾ ਪੈਸੇ ਧੇਲੇ ਦਾ ਪ੍ਰਬੰਧ ਸੀ ਉਹ ਬਾਬੇ ਪਿਰਥੀ ਚੰਦ ਕੋਲ ਸੀ। ਤੇ ਬਾਬਾ ਪਿਰਥੀ ਚੰਦ ਇਹ ਵਹਿਮ ਪਾਲ ਕੇ ਬਹਿ ਗਿਆ ਸੀ ਕਿ ਮੈਨੂੰ ਦੁਨੀਆਦਾਰੀ ਦਾ ਪਤਾ ਵਾ, ਸ਼ਾਇਦ ਗੁਰੂ ਵੀ ਮੈਨੂੰ ਬਣਾ ਦਿੱਤਾ ਜਾਵੇ। ਇੱਕ ਚੀਜ਼ ਨੋਟ ਕਰਿਓ, ਜਿਹੜੇ ਬੰਦੇ ਦੁਨੀਆਦਾਰੀ 'ਚ ਬਹੁਤ ਸਿਆਣੇ ਆ, ਇਹ ਜ਼ਰੂਰੀ ਨਹੀਂ ਹੁੰਦਾ ਵੀ ਉਹ ਧਰਮ ਦੀ ਦੁਨੀਆ 'ਚ ਵੀ ਬੜੇ ਸਿਆਣੇ ਹੋਣ। ਦੁਨੀਆਦਾਰੀ 'ਚ ਪੈਰ ਰੱਖਣ ਵਾਲੇ ਲੋਕ ਕਈਆਂ ਨੂੰ ਧਰਮ ਦਾ ਊੜਾ ਵੀ ਨਹੀਂ ਆਉਂਦਾ, ਅਤੇ ਦੂਜਾ ਭਾਗ ਇਹ ਵਾ ਅਤੇ ਕਈਆਂ ਨੂੰ ਧਰਮ ਦਾ ਬਹੁਤ ਗਿਆਨ ਹੁੰਦਾ ਵਾ, ਉਹਨਾਂ ਨੂੰ ਆਮ ਦੁਨੀਆਦਾਰੀ 'ਚ ਲੈ ਜਾਓ, ਉਹਨਾਂ ਨੂੰ ਇਹ ਨਹੀਂ ਪਤਾ ਵੀ ਕੱਪੜਾ ਕਿਹੜਾ ਖਰੀਦਣਾ ਅਤੇ ਕਿਹੜੀ ਚੀਜ਼ ਰੱਖਣੀ ਅਤੇ ਕਿਹੜੀ ਚੀਜ਼ ਲੈਣੀ। ਦੋਵੇਂ ਚੀਜ਼ਾਂ, ਦੋਵੇਂ ਗੁਣ ਬੰਦੇ 'ਚ ਨਹੀਂ ਹੋ ਸਕਦੇ। ਕੋਈ ਧਰਮ ਦੀ ਦੁਨੀਆ 'ਚ ਅੱਗੇ ਆ, ਕੋਈ ਸਿਆਸਤ ਦੀ ਦੁਨੀਆ 'ਚ ਅੱਗੇ ਆ, ਕੋਈ ਰਾਜਨੀਤੀ 'ਚ ਅੱਗੇ ਆ, ਕੋਈ ਕਿਤੇ ਅੱਗੇ ਆ। ਹੁਣ ਬਾਬਾ ਪਿਰਥੀ ਚੰਦ ਚਾਹੁੰਦਾ ਸੀ ਵੀ ਗੁਰੂ ਮੈਂ ਬਣਾ। ਗੁਰੂ ਬਣ ਕੇ ਗੁਰੂ ਅਰਜਨ ਦੇਵ ਪਾਤਸ਼ਾਹ, ਜਦੋਂ ਗੁਰੂ ਬਣ ਗਏ ਤੇ ਹੁਣ ਸਕਾ ਭਰਾ ਉਮਰ 'ਚ ਭਾਵੇਂ ਵੱਡਾ, ਈਰਖਾ ਇੱਕ ਇੱਦਾਂ ਦੀ ਚੀਜ਼ ਆ, ਕਿਸੇ ਦੇ ਪ੍ਰਤੀ ਸਾੜਾ ਇੱਕ ਇੱਦਾਂ ਦੀ ਚੀਜ਼ ਆ ਜਿਹੜਾ ਭਰਾ ਨੂੰ ਭਰਾ ਦਾ ਵੈਰੀ ਬਣਾ ਦਿੰਦਾ ਵਾ, ਪਿਓ ਨੂੰ ਪੁੱਤ ਦਾ ਵੀ ਵੈਰੀ ਬਣਾ ਦਿੰਦਾ ਅਤੇ ਪੁੱਤ ਪਿਓ ਨਾਲ ਵੀ ਈਰਖਾ ਕਰਨ ਲੱਗ ਪੈਂਦਾ। ਹੁਣ ਬਾਬਾ ਪਿਰਥੀ ਚੰਦ ਸਾਰੀ ਉਮਰ ਚਾਹੁੰਦਾ ਕਿ ਮੈਂ ਗੁਰੂ ਬਣਾ, ਨੰਬਰ ਮੇਰਾ ਲੱਗਣਾ ਸੀ। ਇੱਕ ਚੀਜ਼ ਹੋਰ ਕਹਿ ਦਿਆਂ, ਗੁਰੂ ਸਾਹਿਬਾਂ ਨੇ ਜਿੰਨੇ ਵੀ ਗੁਰੂ ਬਣਾਏ ਆ ਉਹ ਸਿਲੈਕਸ਼ਨ ਕਰਕੇ ਬਣਾਏ ਆ, ਇਲੈਕਸ਼ਨ ਕਰਕੇ ਕਿਤੇ ਨਹੀਂ ਬਣਾਇਆ ਗਿਆ। ਹੁਣ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰ ਲਓ, ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਬਣਾਇਆ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ, ਸਿਲੈਕਸ਼ਨ ਹੋਈ ਨਾ। ਅਤੇ ਜੇ ਇਲੈਕਸ਼ਨ ਦੀ ਗੱਲ ਕਰ ਲੈਂਦੇ ਤਾਂ ਸ਼ਾਇਦ ਬਾਬਾ ਸ਼੍ਰੀ ਚੰਦ ਹੋਣੀ ਗੁਰੂ ਬਣ ਜਾਂਦੇ, ਕਿਉਂਕਿ ਜੇ ਬੰਦੇ ਜ਼ਿਆਦੇ ਵੇਖਣੇ ਹੁੰਦੇ ਤਾਂ ਉਹਨਾਂ ਦੇ ਮਗਰ ਜ਼ਿਆਦੇ ਬੰਦੇ ਸੀ। ਜਦੋਂ ਦਾ ਸਿਲੈਕਸ਼ਨ ਤੋਂ ਅਸੀਂ ਇਲੈਕਸ਼ਨ ਤੱਕ ਆ ਗਏ ਨਾ, ਸਾਡਾ ਨਿਘਾਰ ਹੀ ਹੋਇਆ ਵਾ। ਸਾਡੀ ਕੌਮ ਸੀ ਸਿਲੈਕਸ਼ਨ ਕਰਨ ਵਾਲੀ ਵੀ ਆਹ ਭਾਊ ਜੀ ਬੈਠੇ ਆ, ਆਹ ਬੈਠੇ ਆ, ਇਹ ਬੰਦੇ ਸੇਵਾ ਕਰ ਸਕਦੇ ਆ ਜੀ, ਇਹਨਾਂ ਮਗਰ ਹੋ ਸਕਦਾ ਜ਼ਿਆਦੇ ਬੰਦੇ ਨਾ ਸਹਿਮਤ ਹੋਣ, ਪਰ ਸੇਵਾ ਵਾਲੇ ਆ, ਇਹ ਬੰਦੇ ਅੱਗੇ ਆ ਸਕਦੇ ਆ। ਇੱਕ ਮੇਰੇ ਵਰਗਾ ਵਾ ਜਿਹਨੇ ਕਰਨਾ ਕੱਖ ਨਹੀਂ, ਉਹਦੇ ਮਗਰ ਗਿਣਤੀ ਜ਼ਿਆਦੀ ਆ, ਤੁਸੀਂ ਉਸ ਬੰਦੇ ਨੂੰ ਅੱਗੇ ਲਾ ਦਿਓ, ਉਹਨੇ ਤਾਂ ਪੱਠਾ ਪਾ ਕੇ ਰੱਖ ਦੇਣਾ ਨਾ ਸਾਰੇ ਕੰਮ ਦਾ, ਕਿਉਂਕਿ ਉਹਦੇ ਕੱਪੜੇ ਹੀ ਕੱਪੜੇ ਦਿਸਦੇ ਸੀ, ਉਹਦੇ ਮਗਰ ਗਿਣਤੀ ਹੈਗੀ ਸੀ, ਉਹਦੇ ਮਗਰ ਕੁਆਂਟਿਟੀ ਸੀ, ਪਰ ਕੁਆਲਿਟੀ ਕੋਈ ਨਹੀਂ ਸੀ। ਦੋ ਚੀਜ਼ਾਂ ਹੁੰਦੀਆਂ, ਕੁਆਂਟਿਟੀ ਕੁਆਲਿਟੀ। ਸਿੱਖਾਂ ਦੇ ਵਿੱਚ ਕੁਆਂਟਿਟੀ ਨਹੀਂ ਵੇਖੀ ਜਾਂਦੀ ਸੀ, ਕੁਆਲਿਟੀ ਵੇਖੀ ਜਾਂਦੀ ਸੀ, ਪਰ ਵੱਖਰੀ ਗੱਲ ਆ। ਅੱਜ ਅਸੀਂ ਕੁਆਂਟਿਟੀ ਦੇ ਹਿਸਾਬ ਨਾਲ ਚੱਲਦੇ, ਕੁਆਲਿਟੀ ਕੌਣ ਵੇਖਦਾ? ਜੇ ਕੁਆਲਿਟੀ ਵੇਂਦੇ ਹੁੰਦੇ ਤਾਂ ਨਿਕੰਮੇ ਬੰਦੇ ਸਾਡੇ ਸਿਰਾਂ 'ਤੇ ਬਹਿ ਕੇ ਰਾਜ ਨਾ ਕਰਦੇ। ਗੁਰੂ ਨਾਨਕ ਪਾਤਸ਼ਾਹ ਨੇ ਕੁਆਲਿਟੀ ਵੇਖੀ ਵੀ ਨਹੀਂ, ਬਾਬਾ ਲਹਿਣਾ ਅੰਗਦ ਬਣ ਸਕਦਾ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਜਦੋਂ ਫਿਰ ਗੁਰੂ ਬਣਾਉਣਾ ਵਾ, ਹੁਣ ਦੋ ਪੁੱਤ ਤਾਂ ਗੁਰੂ ਅੰਗਦ ਦੇਵ ਮਹਾਰਾਜ ਦੇ ਵੀ ਹੈਗੇ ਸੀ, ਅਤੇ ਜੇ ਅੱਜ ਵੇਲੇ ਸਾਧ ਬਾਬਿਆਂ ਦਾ ਕੰਮ ਹੁੰਦਾ ਵੀ ਆਪ ਸੈਟਿਆਂ 'ਤੇ ਗਾਂ ਨਿਆਣੇ ਸੈੱਟ ਕਰੋ, ਗਾਂ ਉਹਨਾਂ ਦੇ ਨਿਆਣੇ ਸੈੱਟ ਕਰੋ, ਇੱਦਾਂ ਦੇ ਫਿਰ ਨਿਆਣੇ ਬਣਾਈ ਜਾਂਦੇ ਸਾਰੇ ਇਕੱਠੇ ਕਰਕੇ। ਮਹਾਰਾਜ ਨੇ ਆਖਿਆ ਨਹੀਂ। ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਚੁਣਿਆ। ਹੁਣ ਗੁਰੂ ਅਮਰਦਾਸ ਮਹਾਰਾਜ ਦੀ ਜਦੋਂ ਵਾਰੀ ਆਈ, ਪੁੱਤ ਗੁਰੂ ਅਮਰਦਾਸ ਮਹਾਰਾਜ ਦੇ ਵੀ ਦੋ ਆ, ਪਰ ਕੁਆਲਿਟੀ ਜਦੋਂ ਆ ਕੇ ਵੇਖੀ, ਚੈੱਕ ਕੀਤੀ ਗਈ ਤਾਂ ਕੁਆਲਿਟੀ ਆਉਂਦੀ ਆ ਗੁਰੂ ਰਾਮਦਾਸ ਮਹਾਰਾਜ ਦੇ ਹਿੱਸੇ। ਹੁਣ ਗੁਰੂ ਰਾਮਦਾਸ ਮਹਾਰਾਜ ਦੇ ਵੀ ਤਿੰਨ ਪੁੱਤ ਆ ਗਾ, ਫਿਰ ਕੁਆਲਿਟੀ ਚੈੱਕ ਹੋਈ ਤੇ ਕੁਆਲਿਟੀ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਸਭ ਤੋਂ ਅੱਗੇ ਆਏ ਤੇ ਗੁਰੂ ਬਣ ਜਾਂਦੇ ਆ ਗੁਰੂ ਅਰਜਨ ਦੇਵ ਪਾਤਸ਼ਾਹ। ਬਾਬਾ ਪਿਰਥੀ ਚੰਦ ਚਾਹੁੰਦਾ ਸੀ ਮੈਂ ਗੁਰੂ ਬਣ ਜਾਵਾਂ, ਉਹਦੀ ਘਰ ਵਾਲੀ ਨੇ ਰੋਜ਼ ਉਹਨੂੰ ਤਾਨੇ ਮਾਰਿਆ ਕਰਨੇ, ਤੂੰ ਕਹਿੰਦਾ ਸਾਂ ਮੈਨੂੰ ਕੰਮ ਬੜਾ ਆਉਂਦਾ, ਤੂੰ ਕਹਿੰਦਾ ਸਾਂ ਮੈਂ ਸਿਆਣਾ ਬੜਾ, ਤੈਨੂੰ ਤੇਰੇ ਬਾਪ ਨੇ ਗੁਰੂ 'ਤੇ ਬਣਾਇਆ ਨਹੀਂ।
ਤੈਨੂੰ ਤੇਰੇ ਪਿਤਾ ਨੇ ਗੁਰੂ ਤੇ ਬਣਾਇਆ ਨਹੀਂ। ਤੇ ਬਾਬਾ ਬਿਰਧੀ ਚੰਦ ਉਹ ਸ਼ਬਦ ਵਰਤ ਗਿਆ ਜਿਹੜਾ ਸ਼ਬਦ ਸ਼ਾਇਦ ਸਕੇ ਭਰਾ ਨੂੰ ਭਰਾ ਦੇ ਪ੍ਰਤੀ ਵਰਤਣਾ ਨਹੀਂ ਚਾਹੀਦਾ। ਪਰ ਮਾਇਆ ਬਹੁਤ ਕੁਝ ਬੰਦੇ ਕੋ ਕਰਾਉਂਦੀ ਆ, ਪੈਸਾ ਬਹੁਤ ਕੁਝ ਬੰਦੇ ਕੋ ਕਰਾਉਂਦਾ ਹੈ। ਬਾਬਾ ਪ੍ਰਿਥੀ ਚੰਦ ਕਹਿਣ ਲੱਗਾ ਭਾਗਾਂ ਵਾਲੀਏ ਡਰ ਕਾਹਦਾ ਵਾ, ਮੈਂ ਨਹੀਂ ਨਾ ਗੁਰੂ ਬਣਿਆ, ਅਗਲਾ ਨੰਬਰ ਮੇਰੇ ਪੁੱਤ ਦਾ ਹੀ ਲੱਗਣਾ ਵਾ। ਕਿਉਂ? ਕਿਉਂਕਿ ਗੁਰੂ ਅਰਜਨ ਦੇਵ ਦੇ ਘਰ ਕੋਈ ਧੀ ਪੁੱਤ ਨਹੀਂ ਹੋਣਾ, ਗੁਰੂ ਅਰਜਨ ਦੇਵ ਨੇ ਇੱਦਾਂ ਹੀ ਦੁਨੀਆਂ ਤੋਂ ਚਲੇ ਜਾਣਾ। ਹੁਣ ਕਿਸੇ ਨੂੰ ਕਿਸੇ ਦਾ ਭਰਾ ਖਲੋ ਕੇ ਇੰਨੀ ਗੱਲ ਕਹਿ ਦੇਵੇ ਵੀ ਆ ਕੋਠੀ ਤੇਰੀ ਮੇਰੀ ਹੋ ਜਾਣੀ ਆ, ਕਿਉਂਕਿ ਤੇਰੇ ਘਰ ਧੀ ਪੁੱਤ ਨਹੀਂ ਜੰਮਣਾ, ਇਹਦੇ ਭਰਾ ਦਾ ਦਿਲ ਹੀ ਜਾਣਦਾ ਨਾ ਵੀ ਉਹਨੇ ਕਿੱਦਾਂ ਉਹ ਗੱਲ ਆਪਣੇ ਅੰਦਰ ਸਮਾ ਲੈਣੀ ਆ। ਪਰ ਸ਼ਾਂਤੀ ਦੇ ਪੁੰਜਿਆ ਗੁਰੂ ਅਰਜਨ ਦੇਵ ਪਾਤਸ਼ਾਹ। ਇਧਰਲੇ ਬੰਨੇ ਸਮਾਂ ਬੀਤਦਾ ਗਿਆ ਬੀਤਦਾ ਗਿਆ। ਬਾਬੇ ਪ੍ਰਿਥੀ ਚੰਦ ਨੂੰ ਇਹ ਸੀ ਵੀ ਅਸੀਂ ਨਹੀਂ ਬਣੇ ਤੇ ਸਾਡਾ ਪੁੱਤ ਬਾਬਾ ਮਿਹਰਬਾਨ ਗੁਰੂ ਬਣੂਗਾ। ਗੱਲ ਇੱਥੋਂ ਤੱਕ ਵਿਗੜ ਗਈ ਕਿ ਬਾਬੇ ਪ੍ਰਿਥੀ ਚੰਦ ਦੀ ਘਰ ਵਾਲੀ ਉਹਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਮਹਿਲ ਮਾਤਾ ਗੰਗਾ ਨੂੰ ਖਲੋਤਿਆਂ ਖਲੋਤਿਆਂ ਕਈ ਵਾਰੀ ਬਹੁਤ ਵੱਧ ਘੱਟ ਬੋਲ ਜਾਣਾ, ਤੁਸੀਂ ਦਸ਼ਾਲਿਆਂ ਦੇ ਮਾਲਕ ਬਣੇ ਜੇ, ਤੁਸੀਂ ਆਹ ਲਈ ਫਿਰਦੇ ਜੇ, ਨਾ ਤੁਹਾਡੇ ਘਰ ਪਾਉਣ ਵਾਲਾ ਕੋਈ, ਨਾ ਹੰਢਾਉਣ ਵਾਲਾ, ਨਾ ਤੁਹਾਡੇ ਘਰ ਧੀ ਜੰਮੀ, ਨਾ ਤੁਹਾਡੇ ਘਰ ਪੁੱਤ ਜੰਮਿਆ, ਇਹ ਚੀਜ਼ਾਂ ਤੇ ਅਸੀਂ ਸਾਂਭ ਲੈਣੀਆਂ ਨੇ। ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ, ਬੰਦੇ ਦਾ ਦਿਲ ਬਹੁਤ ਵਿਸ਼ਾਲ ਆ, ਮਰਦ ਦਾ ਦਿਲ ਬਹੁਤ ਵਿਸ਼ਾਲ ਆ, ਉਹ ਪਤਾ ਨਹੀਂ ਕਿੰਨਾ ਕੁ ਕੁਝ ਸਾਰੀ ਜ਼ਿੰਦਗੀ ਦਾ ਆਪਣੇ ਅੰਦਰ ਸਮਾ ਲੈਂਦਾ। ਪਰ ਪਰਮਾਤਮਾ ਨੇ ਔਰਤ ਨੂੰ ਇੱਕ ਇੱਦਾਂ ਦਾ ਦਿਲ ਦਿੱਤਾ, ਉਹਦੇ ਉੱਤੇ ਅੰਦਰ ਇੱਕ ਨਾ ਇੱਕ ਲੈਵਲ ਇਹੋ ਜਿਹਾ ਆਉਂਦਾ, ਜਦੋਂ ਲੈਵਲ ਖਤਮ ਹੋ ਜਾਂਦਾ ਫਿਰ ਉਹਦੀਆਂ ਅੱਖਾਂ 'ਚੋਂ ਪਾਣੀ ਦੇ ਰੂਪ ਅੰਦਰੋਂ ਸਾਰਾ ਦਰਦ ਕਿਤੇ ਨਾ ਕਿਤੇ ਬਾਹਰ ਨਿਕਲ ਆਉਂਦਾ। ਉਹਦੀ ਉਹ ਝੱਲਣ ਵਾਲੀ ਕਪੈਸਿਟੀ ਕੁਦਰਤ ਨੇ ਬਹੁਤ ਘੱਟ ਬਣਾਈ ਆ, ਉਹ ਆਪਣੇ ਦਿਲ ਦਾ ਦਰਦ ਹਰ ਇੱਕ ਨਾਲ ਸਾਂਝਾ ਕਰਨ ਪੈਂਦੀ ਆ। ਅਤੇ ਮਰਦ ਉਹ ਵਾ ਜਿਹੜਾ ਪਤਾ ਨਹੀਂ ਕਿੰਨੇ ਕਿੰਨੇ ਰਾਜ ਲੈ ਕੇ ਦੁਨੀਆਂ ਤੋਂ ਉੱਦਾਂ ਹੀ ਤੁਰ ਜਾਂਦਾ, ਕਿਸੇ ਨੂੰ ਗੱਲ ਹੀ ਨਹੀਂ ਦੱਸ ਸਕਦਾ। ਔਰਤ ਦੇ ਕੋਲ ਇੱਦਾਂ ਦੀ ਚੀਜ਼ ਆ ਵੀ ਜਦੋਂ ਉਹਦੇ ਤੱਕ ਕੋਈ ਗੱਲ ਪਹੁੰਚੀ ਉਹ ਥੋੜ੍ਹਾ ਚਿਰ ਵਾਸਤੇ ਆਪਣੇ ਅੰਦਰ ਸਮੋ ਸਕਦੀ ਆ, ਫਿਰ ਉਹ ਆਪਣੀ ਮਾਂ ਨਾਲ ਗੱਲ ਕਰੂਗੀ, ਆਪਣੇ ਪਤੀ ਨਾਲ ਗੱਲ ਕਰੂਗੀ, ਆਪਣੀ ਧੀ ਨਾਲ ਗੱਲ ਕਰੂਗੀ, ਆਪਣੇ ਪੁੱਤ ਨਾਲ ਗੱਲ ਕਰੂਗੀ, ਕਿਉਂਕਿ ਉਹਦੇ ਕੋਲੋਂ ਦਰਦ ਅੰਦਰ ਰੱਖਣ ਦਾ ਬਹੁਤਾ ਮਾਦਾ ਨਹੀਂ। ਮਾਤਾ ਗੰਗਾ ਨੇ ਆਖਿਰਕਾਰ ਗੁਰੂ ਅਰਜਨ ਦੇਵ ਪਾਤਸ਼ਾਹ ਨਾਲ ਜ਼ਿਕਰ ਕੀਤਾ, ਕਹਿੰਦੀ ਸੱਚੇ ਪਾਤਸ਼ਾਹ ਤੁਸੀਂ ਕੁੱਲ ਸ੍ਰਿਸ਼ਟੀ ਦੇ ਮਾਲਕ, ਸਾਰੀ ਕਾਇਨਾਤ ਤੁਹਾਡੇ ਅੰਡਰ, ਅਤੇ ਪਾਤਸ਼ਾਹ ਗੁਰਦੇਵ ਹੋਣਾ ਤਾਂ ਉਹ ਆ ਜੋ ਵਾਹਿਗੁਰੂ ਨੇ ਕਰਨਾ ਵਾ, ਪਰ ਮੇਰੇ ਮਨ ਦੀ ਰੀਝ ਆ ਕਿ ਮੇਰੇ ਘਰ ਵੀ ਕੋਈ ਧੀ ਪੁੱਤ ਖੇਡੇ, ਮੈਨੂੰ ਕੋਈ ਮਾਂ ਕਵੇ। ਦੁਨੀਆਂ ਦਾ ਸਭ ਤੋਂ ਛੋਟਾ ਸ਼ਬਦ ਮਾਂ ਵਾ, ਅਤੇ ਸ਼ਾਇਦ ਦੁਨੀਆਂ ਦਾ ਸਭ ਤੋਂ ਮਹਿੰਗਾ ਸ਼ਬਦ ਵੀ ਮਾਂ ਹੀ ਆ। ਸਾਰੀ ਉਮਰ ਔਰਤ ਦੀ ਲੰਘ ਜਾਂਦੀ, ਉਹ ਆਪਣੀ ਜਵਾਨੀ ਗਵਾ ਦਿੰਦੀ ਆ, ਆਪਣਾ ਹੁਸਨ ਇਸੇ ਪਾਸੇ ਲਾ ਦਿੰਦੀ ਆ ਕਿ ਮੈਨੂੰ ਕੋਈ ਵਿਹੜੇ ਵਿੱਚ ਖਲੋ ਕੇ ਮੰਮੀ ਕਹਿ ਦੇਵੇ, ਮੈਨੂੰ ਕੋਈ ਮਾਂ ਕਹਿ ਦੇਵੇ। ਉਹਦਾ ਬੜਾ ਵੱਡਾ ਸਮਝੌਤਾ ਵਾ ਆਪਣੀ ਜ਼ਿੰਦਗੀ ਦੇ ਨਾਲ। ਬਾਪੂ ਸੀਤਲ ਜੀ ਨੇ ਲਿਖਿਆ, ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਡੱਕ ਡੱਕ ਭਰੀਆਂ, ਸ਼ਾਹੀ ਘਰੀ ਵਿਆਹੀਆਂ ਵਰੀਆਂ, ਪਹਿਨਣ ਪੱਟ ਹੰਢਾਵਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੋਦੀ ਵਿੱਚ ਬਾਲ ਨਾ ਹੋਵੇ। ਜ਼ਿੰਦਗੀ ਦਾ ਇੱਕ ਉਹ ਪੜਾਅ ਹੁੰਦਾ ਜਿੱਥੇ ਜਾ ਕੇ ਬੰਦਾ ਕਹਿ ਦਿੰਦਾ ਵੀ ਹਾਂ ਮੇਰੇ ਕੋ ਧੀ ਪੁੱਤ ਚਾਹੀਦਾ, ਮੈਂ ਮਾਂ ਬਣਨਾ ਚਾਹੁੰਦੀ ਸਾਂ, ਮੇਰੇ ਕੋ ਮਾਂ ਕਹਿਣ ਵਾਲਾ ਕੋਈ ਨਹੀਂ ਹੈਗਾ। ਮਾਂ ਗੰਗਾ ਨੇ ਆਖਿਆ ਸੱਚੇ ਪਾਤਸ਼ਾਹ ਮੈਨੂੰ ਕੋਈ ਮਾਂ ਕਵੇ, ਨਾਲੇ ਵਿਰੋਧੀਆਂ ਦਾ ਮੂੰਹ ਬੰਦ ਹੋਜੂ, ਨਾਲੇ ਮੇਰੀ ਆਤਮਾ ਨੂੰ ਠੰਡ ਆਊ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਗੰਗਾ ਜੀ ਪਰਮਾਤਮਾ ਦੇ ਘਰ ਸਾਰਾ ਕੁਝ ਆ, ਅਰਦਾਸ ਕਰਾਈਏ।
ਅਰਦਾਸ ਕਰਨੀ ਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ। ਤੁਸੀਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਕੋਲ ਜਾਓ, ਅਰਦਾਸ ਕਰੋ। ਹੁਣ ਇੱਥੇ ਅੱਧਾ ਮਿੰਟ ਮੈਂ ਤੁਹਾਡਾ ਲੈਣ ਲੱਗਾ, ਇਹਨੂੰ ਵਰ ਸਰਾਪ ਚ ਨਾ ਲਿਓ। ਮੈਂ ਤੇ ਨਹੀਂ ਮੰਨਦਾ ਵੀ ਸਿੱਖ ਜਗਤ ਦੇ ਅੰਦਰ ਵਰ ਤੇ ਸਰਾਪ ਹੈਗਾ, ਸਿੱਖਾਂ ਚ ਅਰਦਾਸ ਹੈਗੀ, ਸਿੱਖ ਅਰਦਾਸ ਵਿੱਚ ਵਿਸ਼ਵਾਸ ਕਰਦਾ। ਤੇ ਜੇ ਸਾਨੂੰ ਅਰਦਾਸ ਕਰਨੀ ਆਉਂਦੀ ਹੈ ਤੇ ਗੁਰੂ ਬਹੁਤ ਕੁਝ ਦਿੰਦਾ। ਮਾਤਾ ਗੰਗਾ ਜੀ ਪਹੁੰਚੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਕੋਲ। ਤੁਹਾਡੇ ਚੋਂ ਬੀੜ ਬਾਬਾ ਬੁੱਢਾ ਸਾਹਿਬ ਦੇ ਹੋ ਸਕਦਾ, ਕਈਆਂ ਨੇ ਦਰਸ਼ਨ ਦਾਰੇ ਕੀਤੇ ਹੋਣ। ਮੇਰੇ ਤੋਂ ਬਹੁਤੀ ਨਹੀਂ, 15-16 ਕਿਲੋਮੀਟਰ ਆ ਲੋਕਲ ਹਾਂ ਉੱਥੋਂ ਦਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਕੋਲ ਆਏ ਮਾਤਾ ਗੰਗਾ ਜੀ। ਮਾਤਾ ਗੰਗਾ ਜੀ ਆਏ, ਪ੍ਰਸ਼ਾਦਾ ਪਾਣੀ ਛਕਾਇਆ ਪਰ ਅਰਦਾਸ ਕੀਤੀ ਨਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਨਾ, ਕਿਉਂਕਿ ਅਰਦਾਸ ਕਰਾਉਣ ਵਾਲੀ ਵੀ ਤੇ ਭਾਵਨਾ ਅੰਦਰ ਹੋਣੀ ਚਾਹੀਦੀ ਆ ਨਾ। ਇਹ ਥੋੜਾ ਵੀ 100-50 ਰੁਪਈਆ ਗੋਲਕ ਚ ਪਾਤਾ ਤੇ ਸਾਡੀ ਅਰਦਾਸ ਸੁਣੀ ਜਾਊਗੀ। ਜਿੰਨਾ ਚਿਰ ਅੰਦਰ ਨਹੀਂ ਝੁਕਦਾ, ਆਤਮਾ ਨਹੀਂ ਝੁਕਦੀ, ਸੀਸ ਨਵਾਏ ਹੈ ਕਿਆ ਥੀ ਹੈ, ਸਿਰ ਨਵਾਇਆ ਕੀ ਹੋ ਜਾਣਾ ਜੇ ਅੰਦਰੋਂ ਮੈਲ ਨਹੀਂ ਜਾਂਦੀ ਤੇਰੇ ਤੇ। ਪਹਿਲੇ ਦਿਨ ਮਾਤਾ ਗੰਗਾ ਜੀ ਵਾਪਸ ਮੁੜ ਗਏ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਨਾ ਕੀਤੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪੁੱਛਿਆ, ਗੰਗਾ ਜੀ ਕਿੱਦਾਂ? ਤੇ ਮਾਤਾ ਗੰਗਾ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਪ੍ਰਸ਼ਾਦਾ ਤੇ ਲੈ ਗਏ ਆ ਪਰ ਅਰਦਾਸ ਹੋਈ ਨਹੀਂ ਆ। ਤੇ ਸੱਚੇ ਪਾਤਸ਼ਾਹ ਨੇ ਆਖਿਆ, ਗੰਗਾ ਜੀ ਅੰਦਰ ਵੀ ਝੁਕਾ ਕੇ ਖੜੋ, ਅੰਦਰੋਂ ਝੁਕੋ। ਜਿੰਨਾ ਚਿਰ ਅੰਦਰੋਂ ਨਹੀਂ ਖੇਡ ਬਣਦੀ, ਅੰਦਰੋਂ ਨਹੀਂ ਸਮਰਪਿਤ ਹੁੰਦੇ, ਕੋਈ ਕੰਮ ਨਹੀਂ ਹੋਣਾ। ਅਗਲੇ ਦਿਨ ਮਾਤਾ ਗੰਗਾ ਜੀ ਫੇਰ ਆਏ, ਲੱਸੀ ਲੈ ਕੇ, ਮਿੱਸੇ ਪ੍ਰਸ਼ਾਦੇ ਲੈ ਕੇ, ਗੰਢਾ ਲੈ ਕੇ, ਅਚਾਰ ਲੈ ਕੇ। ਅੱਜ ਪਹਿਲੇ ਦਿਨ ਨਾਲੋਂ ਆਉਣ ਦਾ ਤਰੀਕਾ ਵੀ ਬਦਲ ਗਿਆ ਸੀ। ਬੰਦਾ ਤੇ ਉਹੋ ਹੀ ਹੁੰਦਾ, ਉਹ ਪਹਿਲੇ ਦਿਨ ਮਿਲਦਾ, ਹੱਥ ਇੱਦਾਂ ਕਰਕੇ ਮਿਲਾਉਂਦਾ, ਨਵਾਂ ਨਵਾਂ ਹੁੰਦਾ। ਫਿਰ ਜਦੋਂ ਹੌਲੀ ਹੌਲੀ ਪਿਆਰ ਵੱਧਦਾ ਹੈ, ਅੰਦਰੋਂ ਖੁਸ਼ ਹੁੰਦਾ, ਫਿਰ ਉਹ ਹੱਥ ਮਿਲਾਉਣ ਦੀ ਜਗ੍ਹਾ ਜੱਫੀ ਪਾ ਲੈਂਦਾ, ਫਰਕ ਪੈ ਜਾਂਦਾ ਨਾ। ਅਗਲੇ ਦਿਨ ਮਾਤਾ ਗੰਗਾ ਆਏ ਤੇ ਆਉਣ 'ਚ ਫਰਕ ਵੀ ਸੀ, ਪ੍ਰੇਮ ਸੀ, ਭਾਵਨਾ ਸੀ, ਸ਼ਰਧਾ ਸੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਖੇਤਾਂ ਦੀ ਵੱਟ ਤੇ ਖਲੋਤੇ ਤੇ ਤੁਸੀਂ ਹੈਰਾਨ ਹੋਵੋਗੇ, ਉਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਉਮਰ 90 ਸਾਲ ਦੇ ਨੇੜੇ ਤੇੜੇ ਪਹੁੰਚ ਚੁੱਕੀ ਆ। 90 ਸਾਲ ਦੇ ਨੇੜੇ ਤੇੜੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਮਾਤਾ ਗੰਗਾ ਨੂੰ ਆਉਂਦਿਆਂ ਵੇਖਿਆ ਤੇ ਅੱਗਲ ਵਾਂਢੀ ਹੋ ਕੇ ਆਪ ਅੱਗੇ ਚੱਲ ਕੇ ਤੇ ਮਾਤਾ ਦੇ ਕੋਲੋਂ ਪ੍ਰਸ਼ਾਦੇ ਲਏ, ਰੁੱਖ ਦੇ ਥੱਲੇ ਬਹਿ ਕੇ ਸੋਹਣਾ ਵਿਛਾਉਣਾ ਵਿਛਾਇਆ, ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ। ਤੇ ਮਾਤਾ ਗੰਗਾ ਨੇ ਹੱਥ ਜੋੜ ਕੇ ਆਖਿਆ, ਬਾਬਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੁਹਾਡੇ ਕੋਲ ਭੇਜਿਆ ਕਿ ਤੁਸੀਂ ਅਰਦਾਸ ਕਰੋ ਤੇ ਤੁਹਾਡੀ ਅਰਦਾਸ ਕਦੀ ਖਾਲੀ ਨਹੀਂ ਜਾਵੇਗੀ, ਤੁਹਾਡੀ ਅਰਦਾਸ ਕਦੀ ਬਿਰਥੀ ਨਹੀਂ ਜਾਵੇਗੀ। ਬਾਬਾ ਜੀ ਅਰਦਾਸ ਕਰੋ, ਮੇਰੇ ਘਰ ਵੀ ਕੋਈ ਮਹਾਬਲੀ ਪੁੱਤ ਪੈਦਾ ਹੋਵੇ ਜਿਹੜਾ ਵਾਕਈ ਦੁਨੀਆਂ ਦੇ ਉੱਤੇ ਸੇਵਾ ਤੇ ਸਿਮਰਨ ਵਾਲਾ ਹੋਵੇ, ਜਿਹੜਾ ਵਾਕਈ ਦੁਨੀਆਂ ਦੇ ਉੱਤੇ ਇੱਕ ਵੱਖਰਾ ਰੂਪ ਲੈ ਕੇ ਆਵੇ। ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਪ੍ਰਸ਼ਾਦਾ ਛਕਦਿਆਂ ਛਕਦਿਆਂ ਸਾਹਮਣੇ ਇੱਕ ਗੰਢਾ ਲਿਆ, ਸਾਹਮਣੇ ਰੱਖਿਆ ਤੇ ਹੱਸ ਕੇ ਮਾਤਾ ਗੰਗਾ ਨੂੰ ਆਖਿਆ, ਮਾਂ ਤੇਰੇ ਘਰ ਪੁੱਤ ਉਹ ਜਨਮ ਲਵੇਗਾ ਜਿੱਦਾਂ ਮੁੱਕਾ ਮਾਰ ਕੇ ਅਸੀਂ ਗੰਢਾ ਭੰਨ ਦਿੱਤਾ ਏ, ਤੇਰਾ ਪੁੱਤ
ਸੰਸਾਰ ਵਿੱਚੋਂ ਨਾ ਇਹ ਪੂਜਿਆ ਮੜੀ ਮਸਾਣ ਮਿਲਦੇ ਨਾ ਇਹ ਮਿਲਦੇ ਨੇ ਤੌਲੀ ਤਾਰ ਵਿੱਚੋਂ ਸੰਸਾਰ ਵਿੱਚੋਂ ਮਿਲਦਾ ਮੇਵਾ ਹੈ ਮਿੱਸੀਆਂ ਰੋਟੀਆਂ ਚੋਂ ਮੱਧੂ ਛਾਂਗੀਆ ਗੁਰੂ ਦਰਬਾਰ ਵਿੱਚੋਂ ਸਾਧ ਸੰਗਤ ਜੀ ਗੁਰੂ ਦਰਬਾਰ ਵਿੱਚੋਂ ਸ਼ਾਦੇ ਮਾਤ ਤੋਂ
ਤੁਸਾਂ ਦੇ ਘਰ ਹੋਵੇਗਾ, ਇੱਕ ਪੁੱਤਰ ਤੁਸਾਂ ਦੇ ਘਰ ਹੋਵੇਗਾ। ਹੋ ਸਾਰੀ ਦੁਨੀਆ ਗਿਆ, ਸਾਰੀ ਦੁਨੀਆ ਨਿਵੇ ਗਿਆ, ਅੜੇਗਾ ਸੂਰਮਾ। ਵੈਰੀ ਨਸਣਗੇ ਜਾਨ ਬਚਾ, ਵੈਰੀ ਨਸਣਗੇ ਜਾਨ ਬਚਾ, ਵੈਰੀ ਨਸਣਗੇ ਜਾਨ ਬਚਾ। ਮਾਲਕ ਮੀਰੀ ਪੀਰੀ ਦੇ ਹੋਣਗੇ, ਮਾਲਕ ਮੀਰੀ ਪੀਰੀ ਦੇ ਸਾਹਿਬ ਦੇ ਚੜ ਕੇ ਮਾਤਾ ਨੂੰ ਚਾ, ਬਚਨ ਸੁਣ ਕੇ ਮਾਤਾ ਸਾਹਿਬ ਦੇ, ਬਚਨ ਸੁਣ ਕੇ ਬਾਬਾ ਸਾਹਿਬ ਦੇ ਚੜ ਕੇ ਮਾਤਾ ਨੂੰ ਚਾ, ਚੜ ਕੇ ਮਾਤਾ ਨੂੰ ਚਾ, ਵਾਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਪਣੀ ਮਨ ਬਿਰਤੀ ਇਕਾਗਰ ਕਰਕੇ ਜਿੱਥੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਬਣਿਆ ਉੱਥੇ ਲੈ ਜਾਓ। ਬੀੜ ਹੁੰਦੀ ਆ ਛੋਟਿਆ ਰੱਖ, ਰੱਖ ਦਾ ਮਤਲਬ ਜਿਹੜੀ ਕਿਸੇ ਦੀ ਆਪਣੀ ਨਿੱਜੀ ਪ੍ਰੋਪਰਟੀ ਹੋਵੇ। ਤੁਹਾਨੂੰ ਪਤਾ ਹੋਊਗਾ ਕਦੀ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਅਕਬਰ ਨੇ ਲੰਗਰ ਵਾਸਤੇ ਜਗੀਰ ਲਾਈ ਸੀ, ਕਿਉਂਕਿ ਉਹਨੇ ਪਹਿਲੀ ਵਾਰੀ ਲੰਗਰ ਦਾ ਕਨਸੈਪਟ ਵੇਖਿਆ ਸੀ। ਅਕਬਰ ਆ ਗਿਆ ਗੁਰੂ ਅਮਰਦਾਸ ਮਹਾਰਾਜ ਨੂੰ ਮਿਲਣ ਵਾਸਤੇ, ਉਹਨੇ ਬੰਦੇ ਭੇਜੇ ਵੀ ਮੈਂ ਮਿਲਣਾ। ਮਹਾਰਾਜ ਨੇ ਆਖਿਆ ਕੋਈ ਗੱਲ ਨਹੀਂ, ਸਭ ਲਈ ਦਰ ਖੁੱਲ੍ਹਾ ਹੈ, ਪਰ ਪਹਿਲਾਂ ਲੰਗਰ 'ਚੋਂ ਪ੍ਰਸ਼ਾਦਾ ਛਕ ਕੇ ਆ। ਹੁਣ ਅਸਲ ਵਿੱਚ ਅਕਬਰ ਨੂੰ ਲੰਗਰ ਵਿੱਚ ਘੱਲਣ ਦਾ ਇੱਕ ਕਾਰਨ ਆ, ਉੱਥੇ ਇਹ ਥੋੜ੍ਹਾ ਵਿਖਾਉਣਾ ਵੀ ਸਾਡੇ ਦਾਲ ਕਿੱਦਾਂ ਦੀ ਬਣੀ ਆ, ਸਾਡੀ ਖੀਰ ਕਿੱਦਾਂ ਦੀ ਆ, ਅਸੀਂ ਦੇਸੀ ਘਿਓ ਵਰਤਦੇ ਹਾਂ, ਅਸੀਂ ਆਹ ਵਰਤਦੇ, ਆਹ ਨਹੀਂ ਸੀ ਚੀਜ਼। ਅਸਲ ਵਿੱਚ ਅਕਬਰ ਨੂੰ ਇਹ ਚੀਜ਼ ਵਿਖਾਉਣੀ ਸੀ ਵੀ ਜਿਨ੍ਹਾਂ ਲੋਕਾਂ ਉੱਤੇ ਤੂੰ ਰਾਜ ਕਰਦਾ ਵਾ, ਕਦੀ ਉਹਨਾਂ ਲੋਕਾਂ 'ਚ ਇੱਕ ਤੱਪੜ ਦੇ ਉੱਤੇ ਬਹਿ ਕੇ ਵੇਖ ਫਿਰ ਜ਼ਿੰਦਗੀ ਕਿੱਦਾਂ ਜੀ ਕੇ ਵੇਖੀਦੀ ਹੈ।
ਅਕਬਰ ਨੂੰ ਅਸਲ ਚ ਇਹ ਦੱਸਣਾ ਸੀ ਵੀ ਤੇਰੇ ਐਸ ਗੋਡੇ ਦੇ ਕੋਲ ਇੱਕ ਦਿਹਾੜੀਦਾਰ ਬੰਦਾ ਵੀ ਬੈਠਾ ਵਾ ਤੇ ਤੇਰੇ ਐਸ ਗੋਡੇ ਦੇ ਕੋਲ ਇੱਕ ਕਰੋੜਾਂਪਤੀ ਵੀ ਬੈਠਾ ਵਾ, ਜਦੋਂ ਉਹਨਾਂ ਦੋਵਾਂ ਦੇ ਵਿਚਕਾਰ ਪਈਏ ਤੇ ਮਨ ਕਿੰਨਾ ਬਦਲਦਾ। ਲੰਗਰ ਤੇ ਹੁਣ ਵੀ ਲੱਗਦੇ ਆ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪਟਨਾ ਸਾਹਿਬ ਗਏ, ਆਪਣੇ ਸਿਕਿਉਰਿਟੀ ਵਾਲੇ ਬਹਾ ਕੇ ਉਹਨਾਂ ਨੂੰ ਖਵਾ ਕੇ ਉੱਥੋਂ ਹੀ ਫੋਟੋਆਂ ਦੋ ਚਾਰ ਖਿੱਚ ਕੇ ਤੇ ਦੁਨੀਆਂ ਨੂੰ ਪਾ ਦਿੱਤੀਆਂ ਵੀ ਬਹੁਤ ਸੇਵਾ ਕੀਤੀ ਜੀ, ਬਹੁਤ ਜ਼ਿਆਦਾ ਮਨ ਪ੍ਰਸੰਨ ਹੋਇਆ। ਸੇਵਾ ਵਾ ਵੀ ਇੱਥੇ ਆ ਕੇ ਬਿਨਾਂ ਕਿਸੇ ਵਿਤਕਰੇ ਤੋਂ ਭੇਦਭਾਵ ਤੋਂ ਬਹਿ ਕੇ ਇਹਨਾਂ ਲੋਕਾਂ 'ਚ ਬਹਿ ਕੇ ਵਿਖਾਓ, ਫਿਰ ਮਨ ਦਾ ਪਤਾ ਲੱਗਦਾ। ਇਹਦਾ ਵੀ ਆਪਣੇ ਬੰਦੇ ਪੰਗਤ 'ਚ ਪਾ ਦਿਓ, ਆਪਣੇ ਬੰਦੇ ਨਾਲ ਤੁਰੇ ਫਿਰਨ, ਆਪਣੇ ਬੰਦੇ ਨਾਲ ਲੈ ਕੇ ਚਲੇ ਜਾਓ ਤੇ ਬਹੁਤ ਸੇਵਾ ਕੀਤੀ। ਇਹ ਸੇਵਾ ਨਹੀਂ, ਇਹ ਤੇ ਲੋਕ ਵਿਖਾਵਾ ਵਾ। ਉਹ ਭਾਵੇਂ ਤੁਸੀਂ ਗੁਰਦੁਆਰੇ ਜਾ ਕੇ ਕਰੀ ਜਾਓ, ਭਾਵੇਂ ਅਮਰਨਾਥ ਦੀ ਗੁਫਾ 'ਚ ਬਹਿ ਕੇ ਕਰੀ ਜਾਓ, ਅਤੇ ਭਾਵੇਂ ਤੁਸੀਂ ਜਾ ਕੇ ਜਾਮਾ ਮਸਜਿਦ ਕਰੀ ਜਾਓ, ਅਤੇ ਪਖੰਡ ਆ ਲੋਕਾਂ ਨੂੰ ਵਿਖਾ ਰਹੀ ਆ ਲੀਡਰਸ਼ਿਪ, ਅਤੇ ਜੋ ਕਰਦੇ ਰਹਿਣਗੇ ਉਹ। ਖੈਰ, ਅਕਬਰ ਨੇ ਕਨਸੈਪਟ ਵੇਖਿਆ ਵੀ ਲੰਗਰ ਵਰਗੀ ਚੀਜ਼ ਦੁਨੀਆਂ 'ਤੇ ਕਿਤੇ ਨਹੀਂ ਹੈਗੀ। ਵਾਕਿਆ ਲੰਗਰ ਦਾ ਕੋਈ ਤੋੜ ਨਹੀਂ। ਲੰਗਰ ਨੇ ਦੁਨੀਆਂ ਨੂੰ ਦੱਸਿਆ ਵੀ ਸਿੱਖ ਕੌਮ ਕੀ ਆ। ਕਰੋਨਾ ਕਾਲ ਆਇਆ, ਵੱਡੇ ਵੱਡੇ ਕਾਮਰੇਡੀ ਮੁਲਕ ਇਟਲੀ ਵਰਗੇ, ਫਰਾਂਸ ਵਰਗੇ, ਉਹਨਾਂ ਨੇ ਵੀ ਮੰਨਿਆ ਵੀ ਜਿੱਥੇ ਗੁਰਦੁਆਰਾ ਹੋਊਗਾ ਸਿੱਖ ਭਾਵੇਂ ਇੱਕ ਹੀ ਰਹਿੰਦਾ ਹੋਵੇ, ਇਹ ਇੰਨਾ ਕੁ ਮਾਦਾ ਰੱਖਦੇ ਆ ਵੀ ਪੂਰੀ ਇਹ ਸ਼ਹਿਰ ਦਾ ਢਿੱਡ ਭਰ ਸਕਦੇ ਆ। ਇਹ ਸਿੱਖਾਂ ਦੇ ਕੋਲ ਹੀ ਆ, ਇਹ ਚੀਜ਼ ਸਿੱਖਾਂ ਕੋਲ ਹੀ ਆ। ਕਰੋਨਾ ਦੇ ਵਿੱਚ ਵੱਡੀਆਂ ਵੱਡੀਆਂ ਸਟੇਟਾਂ ਦੇ ਕੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਹਿ ਦਿੱਤਾ ਵੀ ਨਹੀਂ, ਪਤੀਲੇ ਮੂਹਦੇ ਵੱਜ ਗਿਆ, ਨਹੀਂ ਸਾਡੇ ਪੱਲੇ ਕੱਖ ਨਹੀਂ ਹੈਗਾ। ਹੁਣ ਤੁਸੀਂ ਇੱਕ ਚੀਜ਼ ਵੇਖਿਓ, ਮੈਂ ਜਿਹੜੀ ਗੱਲ ਕੀਤੀ ਸੀ ਤੁਸੀਂ ਨਿਆਰਾਪਨ ਕਿੰਨਾ ਸਾਂਭ ਕੇ ਰੱਖਿਆ, ਤੁਹਾਡੀ ਰੀਸ ਕੋਈ ਨਹੀਂ ਕਰ ਸਕਦਾ, ਕੋਈ ਵੀ ਕੋਈ ਕਮਿਊਨਿਟੀ ਤੁਹਾਡੇ ਬਰਾਬਰ ਨਹੀਂ। ਮਾਣ ਕਰਿਆ ਕਰੋ, ਤੁਸੀਂ ਸਿੱਖਾਂ ਦੇ ਘਰ ਜੰਮੇ ਹੋ, ਮਾਣ ਕਰਿਆ ਕਰੋ ਤੁਸੀਂ ਪੰਜਾਬੀ ਹੋ, ਮਾਣ ਕਰਿਆ ਕਰੋ ਤੁਹਾਡੇ ਸਿਰ ਦੇ ਉੱਤੇ ਪੱਗ ਵੱਜੀ ਆ। ਇਸ ਦੇਸ਼ ਦਾ ਢਿੱਡ ਭਰਨਾ ਹੋਵੇ ਤਾਂ ਤਦ ਤੁਹਾਡੀ ਜ਼ਿੰਮੇਵਾਰੀ ਆ, ਬਾਰਡਰਾਂ 'ਤੇ ਪੁੱਤ ਦੇਣੇ ਹੋਣ 'ਤੇ ਤਦ ਤੁਹਾਡੀ ਜ਼ਿੰਮੇਵਾਰੀ ਆ, ਅਤੇ ਇਸ ਦੇਸ਼ ਦੇ ਰੋਂਦੇ ਚਿਹਰਿਆਂ 'ਤੇ ਕਿਤੇ ਹਾਸਾ ਵੀ ਲਿਆਉਣਾ ਹੋਵੇ ਨਾ ਅਤੇ ਤਾਂ ਵੀ ਚੁਟਕਲੇ ਤੁਹਾਡੇ 'ਤੇ ਬਣਾ ਕੇ ਦੇਸ਼ ਹੱਸ ਲੈਂਦਾ ਵਾ। ਤੁਸੀਂ ਆਲਰਾਊਂਡਰ ਬੰਦੇ ਹੋ, ਤੁਹਾਡਾ ਤੋੜ ਨਹੀਂ ਕਿਤੇ ਵੀ ਦੁਨੀਆਂ 'ਤੇ ਹੈਗਾ। ਸਿੱਖ ਉਹ ਚੀਜ਼ ਆ, ਸਿੱਖਾਂ ਨਾਲ ਦਾ ਕੋਈ ਮੁਹੱਬਤ ਨਹੀਂ, ਪਿਆਰ ਨਹੀਂ। ਹੁਣ ਇੱਕ ਚੀਜ਼ ਵੇਖਿਓ, ਜਦੋਂ ਕਰੋਨਾ ਕਾਲ ਆਇਆ, ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਡਾਕਟਰਾਂ ਨੇ ਕਹਿ ਦਿੱਤਾ ਵੀ ਆਕਸੀਜਨ ਦੀ ਕਮੀ ਆ ਅਤੇ ਬੰਦੇ ਮਰਨ ਲੱਗੇ ਆ। ਅੱਜ ਤੱਕ ਤੁਸੀਂ ਗੁਰਦੁਆਰਿਆਂ ਵਿੱਚ ਚਾਹ ਦੇ ਲੰਗਰ ਲੱਗੇ ਵੇਖੇ ਸੀ, ਪਰ ਪਹਿਲੀ ਵਾਰੀ ਹਿਸਟਰੀ 'ਚ ਹੋਇਆ ਕਿ ਗੁਰਦੁਆਰਿਆਂ 'ਚ ਚਾਹ ਦੇ ਨਹੀਂ, ਗੁਰਦੁਆਰਿਆਂ 'ਚ ਸਾਹ ਦੇ ਲੰਗਰ ਵੀ ਲੱਗੇ ਸੀ। ਉਹਨਾਂ ਗੁਰਦੁਆਰਿਆਂ ਦੇ ਵਿੱਚ ਆਕਸੀਜਨ ਸਿਲੰਡਰ ਲੱਗੇ। ਇਹ ਉਹੋ ਹੀ ਗੁਰਦੁਆਰੇ ਸੀ ਜਿਹੜੇ ਗੁਰਦੁਆਰੇ ਕਦੀ ਭੀੜ ਨੇ ਸਾੜੇ ਸੀ ਤੁਹਾਡੇ, ਜਿਹੜੇ ਗੁਰਦੁਆਰੇ ਕਦੀ 84 'ਚ ਭੀੜ ਨੇ ਗੁੰਡਿਆਂ ਬਦਮਾਸ਼ਾਂ ਨੇ ਸਾੜੇ, ਉਹਨਾਂ ਗੁਰਦੁਆਰਿਆਂ ਵਿੱਚ ਉਹ ਸਾਹ ਲੈਣ ਵਾਸਤੇ ਭੱਜੇ। ਇਹ ਦੁਨੀਆਂ ਦੀ ਹਿਸਟਰੀ 'ਚ ਪਹਿਲੀ ਵਾਰੀ ਹੋਇਆ ਅਸੀਂ ਚਾਹ ਦੇ ਲੰਗਰ ਲਾਉਣ ਵਾਲੀ ਕੌਮ ਨਹੀਂ, ਲੋੜ ਪਵੇ ਤਾਂ ਅਸੀਂ ਸਾਹ ਦੇ ਲੰਗਰ ਵੀ ਲਾਉਣ ਵਾਲੀ ਕੌਮ ਆ। ਮਾਣ ਕਰਿਆ ਕਰੋ ਇਸ ਗੱਲ ਦੇ ਉੱਤੇ, ਸਰਦਾਰ ਹੈ ਤੋ ਅਸਰਦਾਰ ਹੈ, ਵਰਨਾ ਬਾਕੀ ਸਭ ਬੇਕਾਰ ਹੈ। ਤੁਸੀਂ ਘੱਟ ਨਹੀਂ, ਤੁਹਾਨੂੰ ਗੁਰੂ ਨੇ 1.25 ਲੱਖ ਦੇ ਬਰਾਬਰ ਇਕੱਲਾ ਇਕੱਲਾ ਬਣਾਇਆ। ਲੋਕੀ ਕਹਿੰਦੇ ਆ ਵੀ ਸਿੱਖ ਰਾਜ ਭਾਗ ਦੀ ਗੱਲ ਕਰਦੇ ਆ, ਇਹ ਚੱਲਦੀ ਆ ਨਾ, ਇਹ ਡਿਬੇਟ ਕਿਤੇ ਨਾ ਕਿਤੇ ਚੱਲਦੀ ਆ ਜੀ। ਸਿੱਖ ਵੱਖਰੇ ਰਾਜ ਭਾਗ ਦੀ ਗੱਲ ਕਰਦੇ ਆ, ਅਸੀਂ ਕਰੀਏ ਕਿਉਂ ਨਾ, ਅਸੀਂ ਜੱਦੀ ਪੁਸ਼ਤੀ ਰਾਜੇ ਆ ਯਾਰ, ਅਸੀਂ ਰਾਜ ਕੀਤਾ ਦੁਨੀਆਂ ਉੱਤੇ, ਅਸੀਂ ਦੁਨੀਆਂ ਦਾ ਸਭ ਤੋਂ ਬੈਸਟ 60 ਸਾਲ ਰਾਜ ਕੀਤਾ ਲਾਹੌਰ, ਸਾਡੇ ਵਰਗਾ ਰਾਜ ਕਿਤੇ ਨਹੀਂ ਦੁਨੀਆਂ ਉੱਤੇ ਕੀਤਾ ਕਿਸੇ ਨੇ।
ਸਰਦਾਰ ਕਪੂਰ ਸਿੰਘ ਦੀ ਇੱਕ ਗੱਲ ਤੁਹਾਨੂੰ ਸੁਣਾਵਾਂ। ਸਰਦਾਰ ਕਪੂਰ ਸਿੰਘ ਕਹਿੰਦਾ ਤੁਸੀਂ ਸਿੱਖਾਂ 'ਚੋਂ ਰਾਜ ਭਾਗ ਦੀ ਮਨਸ਼ਾ ਨਹੀਂ ਜੇ ਕੱਢ ਸਕਦੇ, ਸਾਰੀ ਦੁਨੀਆ 'ਚੋਂ ਸਿੱਖ ਖਤਮ ਕਰ ਦਿਓ, ਜੇ ਦੁਨੀਆ ਦੇ ਇੱਕ ਕੋਨੇ 'ਚ ਇੱਕ ਸਿੱਖ ਵੀ ਬਚ ਗਿਆ ਨਾ, ਉਹ ਵੀ ਡੰਡੇ ਦੇ ਜ਼ੋਰ ਨਾਲ ਜੁਰਤ ਰੱਖਦਾ, ਇਕੱਲਾ ਹੀ ਰਾਜ ਭਾਗ ਪੈਦਾ ਕਰ ਸਕਦਾ। ਬਾਬਾ ਬੋਤਾ ਸਿੰਘ, ਗਰਜਾ ਸਿੰਘ ਇਹਦੀ ਉਦਾਹਰਣ ਹੈਗੇ ਆ ਸਾਡੇ ਕੋਲ। ਆਪਣੇ ਆਪ 'ਤੇ ਮਾਣ ਕਰਿਆ ਕਰੋ, ਤੁਸੀਂ ਸਰਦਾਰਾਂ ਦੇ ਘਰ ਜੰਮੇ ਹੋ, ਸਿੱਖਾਂ ਦੇ ਘਰ ਜੰਮੇ ਹੋ। ਅੱਗੇ ਚਲੋ, ਗੱਲ ਚੱਲ ਰਹੀ ਸੀ ਉੱਥੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਪ੍ਰਸ਼ਾਦਾ ਪਾਣੀ ਛਕਿਆ ਅਤੇ ਇਤਿਹਾਸ ਕਹਿੰਦਾ ਆਕਾਸ਼ ਵਿੱਚ ਬਿਜਲੀ ਲਿਸ਼ਕੀ ਅਤੇ 90 ਸਾਲਾਂ ਦਾ ਬਾਬਾ ਉੱਠ ਕੇ ਅਤੇ ਝੂਮ ਪਿਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਝੂਮ ਕੇ ਆਖਿਆ, ਮਾਂ ਤੇਰੇ ਘਰ ਉਹ ਮਾਂ ਬਲੀ ਪੁੱਤ ਜੰਮੇਗਾ, ਜਿੱਦਾਂ ਮੈਂ ਮੁੱਕਾ ਮਾਰ ਕੇ ਗੰਢਾ ਫੇਹ ਦਿੱਤਾ ਨਾ, ਤੇਰਾ ਪੁੱਤ ਦੁਸ਼ਟਾਂ ਦੇ ਸਿਰ ਫੇਹ ਕੇ ਰੱਖ ਦੇਵੇਗਾ, ਤੇਰਾ ਪੁੱਤ ਸੱਚਾ ਪਾਤਸ਼ਾਹ ਹੋਵੇਗਾ। ਲੋਕੀ ਬਾਦਸ਼ਾਹ ਬਣਨ ਨੂੰ ਤਰਸਦੇ ਆ, ਤੇਰੇ ਪੁੱਤ ਨੂੰ ਲੋਕੀ ਸੱਚੇ ਪਾਤਸ਼ਾਹ ਕਹਿ ਕਹਿ ਕੇ ਮੱਥਾ ਟੇਕਿਆ ਕਰਨਗੇ। ਤੇਰਾ ਪੁੱਤ ਉਹ ਹੋਵੇਗਾ ਜਿਹਨੂੰ ਵੇਖ ਕੇ ਲੋਕਾਂ ਦੇ ਦੁੱਖ ਟੁੱਟ ਜਾ ਕਰਨਗੇ। ਤੇਰਾ ਪੁੱਤ ਉਹ ਹੋਵੇਗਾ ਜਿਹੜਾ ਭਾਰਤ ਦੇ ਇਤਿਹਾਸ ਅੰਦਰ ਇੱਕ ਨਵਾਂ ਮੋੜ ਲੈ ਕੇ ਆਵੇਗਾ, ਜਿਹੜਾ ਮੋੜ ਅੱਜ ਤੋਂ ਪਹਿਲਾਂ ਨਹੀਂ ਆਉਂਦਾ। ਅੱਗੇ ਜਾ ਕੇ ਦੱਸੂੰਗਾ ਵੀ ਮੋੜ ਕਿੱਥੇ ਕੁ ਪੈਣਾ ਜਾ ਕੇ। ਮਾਤਾ ਗੰਗਾ ਜੀ ਵਾਪਸ ਆ ਗਏ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸਾਰੀ ਗੱਲ ਦੱਸੀ, ਮਹਾਰਾਜ ਆਹ ਬਚਨ ਹੋਇਆ ਵਾ, ਅਤੇ ਸੱਚੇ ਪਾਤਸ਼ਾਹ ਨੇ ਮੁਸਕਰਾ ਕੇ ਆਖਿਆ, ਗੰਗਾ ਜੀ ਸਾਧ ਬਚਨ ਅਟਲਾਦਾ, ਉਹ ਆਮ ਬੰਦੇ ਦਾ ਬਚਨ ਨਹੀਂ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਬਚਨ ਹੈ ਅਤੇ ਸੱਚ ਹੋਣਾ ਵਾ, ਪਰ ਸਾਨੂੰ ਉਹਦੇ ਵਾਸਤੇ ਇੱਕ ਕੰਮ ਕਰਨਾ ਪੈਣਾ, ਕਿਉਂਕਿ ਸਕਾ ਭਰਾ ਬਾਬਾ ਪਿਰਥੀ ਚੰਦ ਉਹਦੇ ਚਾਹੁੰਦਾ ਵੀ ਨਾ ਕਰ ਧੀ ਪੁੱਤ ਨਾ ਹੋਵੇ। ਪਰ ਜਦੋਂ ਉਹਨੂੰ ਇਹ ਪਤਾ ਲੱਗੂਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਮਾਤਾ ਗੰਗਾ ਦੇ ਗਰਭ ਤੋਂ ਬੱਚੇ ਨੇ ਜਨਮ ਲੈਣਾ ਏ, ਤੇ ਜਿਹੜੇ ਬੰਦੇ ਦੇ ਅੰਦਰ ਈਰਖਾ ਦੇ ਭਾਂਬੜ ਮੱਚ ਜਾਣ ਉਹ ਕਿਸੇ ਹੱਦ ਤੱਕ ਵੀ ਜਾ ਸਕਦਾ, ਉਹ ਗੰਗਾ ਜੀ ਤੁਹਾਡਾ ਨੁਕਸਾਨ ਕਰੇਗਾ। ਇਸ ਕਰਕੇ ਸਾਨੂੰ ਅੰਮ੍ਰਿਤਸਰ ਛੱਡਣਾ ਪਊਗਾ, ਬੱਚੇ ਨੂੰ ਜਨਮ ਦੇਣਾ ਵਾ ਅੰਮ੍ਰਿਤਸਰੋਂ ਦੂਰ ਜਾ ਕੇ, ਉਹ ਥਾਂ ਦੇ ਉੱਤੇ ਜਿਸ ਥਾਂ ਦੇ ਉੱਤੇ ਇਹਨਾਂ ਦੀ ਪਹੁੰਚ ਨਾ ਹੋਵੇ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਜਗ੍ਹਾ ਚੁਣੀ ਨੱਤਿਆਂ ਦੀ ਵਡਾਲੀ, ਜਿਹਨੂੰ ਤੁਸੀਂ ਗੁਰੂ ਕੀ ਵਡਾਲੀ ਕਹਿੰਦੇ ਹੋ। ਉਸ ਗੁਰੂ ਕੀ ਵਡਾਲੀ ਦੇ ਅੰਦਰ 21 ਹਾੜ ਸੰਮਤ 1652 ਸੰਨ 1595, ਸਿਆਣੇ ਬੈਠੇ ਹੋ, ਪੜ੍ਹੇ ਲਿਖੇ ਬੈਠੇ ਹੋ, ਮੈਂ ਦੋ ਤਰੀਕਾਂ ਦੱਸੀਆਂ ਨੇ, ਸੰਮਤ 1652 ਸੰਨ 1595 ਈਸਵੀ ਦੇ ਵਿੱਚ, ਤੇ ਸੰਮਤ ਵਿੱਚ 57 ਸਾਲ ਦਾ ਡਿਫਰੈਂਸ ਆ ਪੂਰਾ। ਈਸਵੀ ਕੈਲੰਡਰ ਉਦੋਂ ਬਣਿਆ ਜਦੋਂ ਈਸਾ ਮਸੀਹ ਤੋਂ ਸ਼ੁਰੂ ਹੋਇਆ, ਜਿੱਦਾਂ ਅੱਜ 2024 ਚੱਲਦਾ, ਪਰ ਸੰਮਤ ਈਸਵੀ ਤੋਂ 57 ਸਾਲ ਪਹਿਲਾਂ ਚੱਲੀ ਆ, ਇਸ ਕਰਕੇ ਉਹ ਸੰਮਤ ਵਾਲਾ ਕੈਲੰਡਰ 57 ਸਾਲ ਅੱਗੇ ਰਹਿਣਾ ਵਾ। ਜੇ ਤੁਸੀਂ ਅੱਜ ਵਾਲੇ ਸਮੇਂ ਨੂੰ ਸੰਮਤ 'ਚ ਕਨਵਰਟ ਕਰਨਾ ਹੋਵੇ, ਇਹ 2081 ਚੱਲਦਾ ਪਿਆ ਵਾ, 2081 ਸੰਮਤ ਚੱਲ ਰਹੀ ਆ, 57 ਸਾਲ ਅੱਗੇ ਲੈ ਜਾਓ, ਸਿੱਧਾ ਸੌਖਾ ਕੰਮ ਆ। ਨਗਰ ਗੁਰੂ ਕੀ ਵਡਾਲੀ ਨੂੰ ਭਾਗ ਲੱਗਾ ਮਾਤਾ ਗੰਗਾ ਦੀ ਕੁੱਖ ਤੋਂ ਮਹਾਬਲੀ ਯੋਧੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਅਵਤਾਰ। ਅੱਜ ਕੌਣ ਆਇਆ ਨੀ, ਅੱਜ ਕੌਣ ਆਇਆ, ਸਭ ਕੁਝ ਨਿਖਰਿਆ ਨਿਖਰਿਆ ਜਾਪਦਾ, ਕੌਣ ਸਮੇਂ ਦੀ ਸੋਚ ਬਦਲਾਉਣ ਆਇਆ, ਅੱਜ ਵੀ ਰੋਸ਼ਨੀ ਹੋਈ ਸੰਸਾਰ ਅੰਦਰ, ਅੱਜ ਵੀ ਰੋਸ਼ਨੀ
ਰਾਤਾਂ ਕਾਲੀਆਂ ਕੌਣ ਰਿਸ਼ਨਾਉਣ ਆਇਆ। ਸੁਣ ਕੇ ਸਮੇਂ ਦੀ ਸੋਚ ਜਵਾਬ ਦਿੱਤਾ, ਸੁਣ ਕੇ ਸਮੇਂ ਦੀ ਸੋਚ ਜਵਾਬ ਦਿੱਤਾ, ਹਰ ਗੋਬਿੰਦ ਅੱਜ ਯੁੱਗ ਪਲਟਾਉਣ ਆਇਆ, ਹਰ ਗੋਬਿੰਦ ਅੱਜ ਯੁੱਗ ਪਲਟਾਉਣ ਆਇਆ। ਜਨਮ ਹੋਇਆ ਪਰ ਜਨਮ ਤੋਂ ਕੁਝ ਸਾਲ ਤੱਕ ਉਸੇ ਪਿੰਡ 'ਚ ਰਹਿਣਾ ਲਾਜ਼ਮੀ ਸੀ, ਕਿਉਂਕਿ ਜਿੰਨਾ ਚਿਰ ਬੱਚਾ ਵੱਡਾ ਨਹੀਂ ਹੋ ਜਾਂਦਾ ਵਿਰੋਧੀਆਂ ਦੇ ਵੱਲੋਂ ਖਤਰਾ ਹੀ ਖਤਰਾ ਸੀ, ਪਰ ਖਤਰਾ ਟਲਿਆ ਨਹੀਂ ਸੀ। ਬਾਬੇ ਪਿਰਥੀ ਚੰਦ ਦੀ ਘਰ ਵਾਲੀ ਨੇ ਆਖਿਆ ਵੀ ਤੁਸੀਂ ਤੇ ਕਹਿੰਦੇ ਸੀ ਗੁਰੂ ਅਰਜਨ ਦੇਵ ਦੇ ਘਰ ਧੀ ਪੁੱਤ ਨਹੀਂ ਜੰਮਣਾ, ਅਗਲੇ ਦੇ ਘਰ ਪੁੱਤ ਜੰਮ ਪਿਆ, ਇਹਦਾ ਮਤਲਬ ਗੱਦੀ ਦਾ ਵਾਰਸ ਆ ਗਿਆ ਨਾ, ਸਾਡਾ ਪੁੱਤ ਗੁਰੂ ਨਹੀਂ ਬਣੇਗਾ। ਬਾਬਾ ਪਿਰਥੀ ਚੰਦ ਕਹਿਣ ਲੱਗਾ ਜੇ ਹਾਂ ਗੱਲ ਹੈ ਤੇ ਮੈਂ ਪੁੱਤ ਵੱਡਾ ਹੋਣ ਤੋਂ ਪਹਿਲਾਂ ਮਾਰ ਸਕਦਾ ਵਾਂ। ਲਾਲਚ ਕਿੱਥੋਂ ਤੱਕ ਹਾਵੀ ਹੁੰਦਾ, ਸਕਾ ਤਾਇਆ, ਹੁਣ ਬਾਬਾ ਪਿਰਥੀ ਚੰਦ ਤਾਇਆ ਹੀ ਲੱਗਣਾ ਨਾ ਛੇਵੇਂ ਪਾਤਸ਼ਾਹ ਦਾ, ਸਕਾ ਤਾਇਆ ਆਪਣੇ ਭਤੀਜੇ ਨੂੰ ਜਾਨੋਂ ਮਾਰਨ ਤੱਕ ਜਾਵੇਗਾ। ਇਤਿਹਾਸ ਹੈ ਸਾਡਾ, ਈਰਖਾ ਕੀ ਕੁਝ ਕਰਵਾਉਂਦੀ ਹੈ। ਉਹਨੇ ਸਭ ਤੋਂ ਪਹਿਲਾਂ ਉਸ ਔਰਤ ਨੂੰ ਖਰੀਦਿਆ ਜਿਹੜੀ ਔਰਤ ਰੋਜ਼ ਗੁਰੂ ਮਹਾਰਾਜ ਦੇ ਮਹਿਲਾਂ 'ਚ ਛੇਵੇਂ ਪਾਤਸ਼ਾਹ ਨੂੰ ਨਿੱਕੇ ਜਿਹੇ ਨੂੰ ਖਡਾਉਣ ਵਾਸਤੇ ਆਉਂਦੀ ਹੁੰਦੀ ਸੀ, ਖਡਾਵੀ ਰੱਖੀ ਸੀ, ਉਹਨੂੰ ਪੈਸੇ ਦਿੱਤੇ ਗਏ, ਉਹਨੂੰ ਆਖਿਆ ਵੀ ਜਿੱਦਾਂ ਮਰਜ਼ੀ ਕਰ, ਇਹ ਬੱਚਾ ਮਾਰਨਾ ਵਾ, ਇਹ ਬੱਚਾ ਵੱਡਾ ਨਹੀਂ ਹੋਣਾ ਚਾਹੀਦਾ ਤੇ ਮਾਰਨਾ ਛੇਤੀ ਆ। ਉਸ ਔਰਤ ਦੀਆਂ ਅੱਖਾਂ ਉੱਤੇ ਲਾਲਚ ਦੀ ਪੱਟੀ ਵੱਜੀ, ਉਹਨੇ ਆਪਣੇ ਅਸਥਨਾਂ ਨੂੰ ਜ਼ਹਿਰ ਲਾਇਆ ਤੇ ਇਹ ਕੋਸ਼ਿਸ਼ ਕਰਨੀ ਆ ਵੀ ਜਦੋਂ ਲਾਗੇ ਬੰਨੇ ਕੋਈ ਨਾ ਹੋਵੇ ਮੈਂ ਹਰਗੋਬਿੰਦ ਨੂੰ ਦੁੱਧ ਚੰਘਾਉਣਾ ਵਾ ਜ਼ਹਿਰ ਵਾਲਾ। ਉਹ ਗੱਲ ਹੋਈ, ਉਹ ਜ਼ਹਿਰ ਲਾ ਕੇ ਆ ਗਈ, ਖੇਡਦੀ ਖੇਡਦੀ ਖਡਾਉਂਦੀ ਖਡਾਉਂਦੀ ਉਹਨੇ ਆਸਾ ਪਾਸਾ ਵੇਖਿਆ ਵੀ ਮੈਨੂੰ ਕੋਈ ਨਹੀਂ ਵੇਖਦਾ। ਉਹਨੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਫੜਿਆ ਤੇ ਆਪਣਾ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ, ਪਰ ਉਹਨੇ ਚਿਰ ਨੂੰ ਜ਼ਹਿਰ ਦਾ ਰੀਐਕਸ਼ਨ ਉਹਦੇ ਉੱਤੇ ਹੋ ਚੁੱਕਾ ਸੀ। ਛੇਵੇਂ ਪਾਤਸ਼ਾਹ ਨੂੰ ਤੇ ਕੁਝ ਨਾ ਹੋਇਆ ਪਰ ਉਹ ਖਡਾਵੀ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰੀ ਤੇ ਮਰਨ ਤੋਂ ਪਹਿਲਾਂ ਉਹਨੇ ਦੱਸ ਦਿੱਤਾ ਵੀ ਇਹ ਸਾਰਾ ਪਾਪ ਮੈਂ ਬਾਬੇ ਪਿਰਥੀ ਚੰਦ ਦੇ ਕਹਿਣ ਤੇ ਕਰਨ ਲੱਗੀ ਹਾਂ। ਇਹ ਪਹਿਲਾ ਹੱਲਾ ਸੀ। ਹੁਣ ਪਰਿਵਾਰ ਹੋਰ ਅਲਰਟ ਹੋ ਗਿਆ ਵੀ ਬਚਣਾ ਪੈਣਾ, ਪਰ ਬਾਬਾ ਪਿਰਥੀ ਚੰਦ ਟਲਿਆ ਨਹੀਂ ਸੀ। ਉਹਨੇ ਗੁਰੂ ਘਰ ਦੇ ਅੰਦਰ ਕੰਮ ਕਰਨ ਵਾਲਾ ਰਸੋਈਆ ਖਰੀਦਿਆ, ਉਹਨੂੰ ਆਖਿਆ ਵੀ ਜੋ ਮਰਜ਼ੀ ਹੋ ਜਾਵੇ ਗੁਰੂ ਹਰਗੋਬਿੰਦ ਖਤਮ ਹੋਣਾ ਚਾਹੀਦਾ। ਉਹਨੇ ਦਹੀਂ ਦੇ ਵਿੱਚ ਜ਼ਹਿਰ ਮਿਲਾਇਆ, ਉਹਦੀ ਰੋਜ਼ਾਨਾ ਡਿਊਟੀ ਹੁੰਦੀ ਸੀ ਪਾਤਸ਼ਾਹ ਗੁਰਦੇਵ ਨੂੰ ਦਹੀਂ ਖਵਾਉਣਾ ਤੇ ਉਹ ਹੱਥ ਨਾਲ ਦਹੀਂ ਖਵਾਉਂਦਾ ਹੁੰਦਾ ਸੀ। ਅੱਜ ਉਹ ਜ਼ਹਿਰ ਪਾ ਕੇ ਲੈ ਕੇ ਆਇਆ, ਜਦੋਂ ਛੇਵੇਂ ਪਾਤਸ਼ਾਹ ਨੂੰ ਮਹਾਰਾਜ ਦੀ ਉਮਰ 4 ਸਾਲ ਸੀ, ਜਦੋਂ ਜ਼ਬਰਦਸਤੀ ਉਹਨੇ ਦਹੀਂ ਖਵਾਇਆ, ਅੱਜ ਮਹਾਰਾਜ ਨੇ ਖਾਧਾ ਨਾ। ਤੇ ਜਦੋਂ ਬੱਚੇ ਅੱਗੇ ਜ਼ਬਰਦਸਤੀ ਕੋਈ ਚੀਜ਼ ਕਰੀਏ ਬੱਚਾ ਇੱਕ ਪੜਾਅ ਹੁੰਦਾ ਜਦੋਂ ਚੀਜ਼ ਨੂੰ ਧੱਕਾ ਮਾਰ ਕੇ ਸੁੱਟ ਦਿੰਦਾ ਏ। ਮਹਾਰਾਜ ਨੇ ਹੱਥ ਮਾਰਿਆ, ਹੁਣ ਸਰੀਰ ਬੜਾ ਤਗੜਾ ਸੀ, 4 ਸਾਲ ਦੀ ਉਮਰ ਵਿੱਚ 6-7 ਸਾਲ ਦੇ ਬੱਚੇ ਵਰਗਾ ਸਰੀਰ ਸੀ, ਹੱਥ ਮਾਰਿਆ ਉਹ ਜਿਹੜਾ ਦਹੀਂ ਸੀ ਛੁੱਟ ਕੇ ਤੇ ਥੱਲੇ ਜਾ ਡਿੱਗਾ। ਜਦੋਂ ਥੱਲੇ ਜਾ ਡਿੱਗਾ ਇੰਨੇ ਚਿਰ ਨੂੰ ਕੋਲ ਕੁੱਤਾ ਖਲੋਤਾ ਸੀ, ਕੁੱਤੇ ਨੇ ਉਹ ਦਹੀਂ ਖਾਧਾ, ਕੁੱਤਾ ਤੜਫ ਤੜਫ ਕੇ ਮਰ ਗਿਆ। ਪਾਜ ਖੁੱਲ ਗਿਆ, ਬ੍ਰਾਹਮਣ ਖਲੋਤਾ ਸਾਹਮਣੇ, ਬ੍ਰਾਹਮਣ ਨੇ ਹੱਥ ਜੋੜ ਕੇ ਆਖਿਆ ਜੀ ਮੇਰੇ ਕੋਲੋਂ ਗਲਤੀ ਹੋ ਗਈ ਆ,
ਇੰਨੇ ਚਿਰ ਨੂੰ ਬ੍ਰਾਹਮਣ ਦੇ ਦਿਲ ਉੱਤੇ ਇੰਨੀ ਜ਼ੋਰ ਨਾਲ ਪੀੜ ਹੋਈ ਕਿ ਬ੍ਰਾਹਮਣ ਧਰਤੀ ਤੇ ਡਿੱਗਾ। ਉੱਥੇ ਮਰਨ ਦੇ ਉੱਤੇ ਉਹਨੇ ਦੱਸਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ, ਤੁਹਾਡੇ ਪੁੱਤ ਨੂੰ ਮੈਂ ਨਹੀਂ ਮਾਰਨਾ ਚਾਹੁੰਦਾ ਸੀ, ਤੁਹਾਡੇ ਪੁੱਤ ਨੂੰ ਤੁਹਾਡਾ ਭਰਾ ਬਾਬਾ ਪਿਰਥੀ ਚੰਦ ਮਾਰਨਾ ਚਾਹੁੰਦਾ, ਜ਼ਹਿਰ ਉਹਨੇ ਦੇ ਕੇ ਮੈਨੂੰ ਘੱਲਿਆ ਏ। ਇੱਥੇ ਗੁਰਦੇਵ ਪਾਤਸ਼ਾਹ ਨੇ ਇੱਕ ਸ਼ਬਦ ਵੀ ਉਚਾਰਿਆ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਜਦੋਂ ਬ੍ਰਾਹਮਣ ਤੜਫ ਤੜਫ ਕੇ ਮਰ ਗਿਆ। ਇਹ ਦੂਜਾ ਹੱਲਾ ਸੀ। ਹੁਣ ਮਹਾਰਾਜ ਦੀ ਉਮਰ ਹੋ ਗਈ 5-6 ਸਾਲ, ਪਰ ਬਾਬਾ ਪਿਰਥੀ ਚੰਦ ਨਹੀਂ ਸੀ ਟਲਿਆ। ਇਸ ਵਾਰ ਉਹਨੇ ਸਭ ਤੋਂ ਘਾਤਕ ਤਰੀਕਾ ਅਪਣਾਇਆ। ਉਹਨੇ ਇੱਕ ਸਪੇਰੇ ਦਾ ਪ੍ਰਬੰਧ ਕੀਤਾ, ਉਹਨੂੰ ਜ਼ਹਿਰੀਲੇ ਸੱਪ ਖੜਨ ਵਾਸਤੇ ਆਖਿਆ ਵੀ ਜੋ ਮੰਗੇਗਾ ਮੈਂ ਦਊਂਗਾ, ਪਰ ਗੁਰੂ ਹਰਗੋਬਿੰਦ ਨੂੰ ਕਿਸੇ ਤਰੀਕੇ ਸੱਪ ਲੜਾਉਣਾ ਵਾ, ਗੁਰੂ ਅਰਜਨ ਦੇਵ ਦਾ ਪੁੱਤ ਸੱਪ ਲੜਾ ਕੇ ਮਰਵਾ ਦੇਣਾ ਵਾ। ਸਪੇਰਾ ਆ ਗਿਆ ਗੁਰੂ ਕੀ ਵਡਾਲੀ, ਉਹਨੇ ਇੱਕ ਦਿਨ ਧਿਆਨ ਰੱਖਿਆ, ਦੋ ਦਿਨ ਧਿਆਨ ਰੱਖਿਆ, ਜਿੱਦਣ ਉਹਨੇ ਵੇਖਿਆ ਵੀ ਕੋਈ ਨਹੀਂ ਹੈਗਾ ਤੇ 6 ਸਾਲ ਦਾ ਬੱਚਾ ਗੁਰੂ ਹਰਗੋਬਿੰਦ ਪਾਤਸ਼ਾਹ ਮਿੱਟੀ ਦੇ ਵਿੱਚ ਲਿਬੜੇ ਪੂਰੀ ਤਰ੍ਹਾਂ। ਪਾਤਸ਼ਾਹ ਗੁਰਦੇਵ ਖੇਡਦੇ ਪਏ ਨੇ, ਸਪੇਰੇ ਨੇ ਅੱਖ ਬਚਾ ਕੇ ਤੇ ਸੱਪ ਛੱਡ ਦਿੱਤਾ। ਜਦੋਂ ਸੱਪ ਵਿਹੜੇ ਵਿੱਚੋਂ ਚੱਲਦਾ ਚੱਲਦਾ ਗੁਰੂ ਹਰਗੋਬਿੰਦ ਮਹਾਰਾਜ ਵੱਲ ਨੂੰ ਜਾਵੇ ਤੇ ਦਿਲਾਂ ਦੀਆਂ ਬੁੱਝਣ ਵਾਲੇ ਜਾਣੀ ਜਾਣ ਦਾਤਾ ਜੀ ਆਪਣੇ ਪੱਬਾਂ ਤੇ ਹੋ ਕੇ ਨੱਚੇ। ਹੁਣ ਛੋਟਾ ਜਿਹਾ ਬੱਚਾ ਜਦੋਂ ਕੋਈ ਸਾਹਮਣੇ ਅਚਨਚੇਤ ਨਵੀਂ ਚੀਜ਼ ਵੇਖਦਾ ਤੇ ਉਹ ਨੱਚਦਾ ਹੈ। 6ਵੇਂ ਪਾਤਸ਼ਾਹ ਬੜੇ ਜ਼ੋਰ ਨਾਲ ਹੱਸੇ ਤੇ ਬੜੇ ਜ਼ੋਰ ਦੇ ਨਾਲ ਨੱਚੇ। ਇਹਨੇ ਚਿਰ ਨੂੰ ਸੱਪ ਨੇ ਸਿਰੀ ਚੁੱਕੀ। ਜਦੋਂ ਸੱਪ ਨੇ ਅੱਖਾਂ ਚੱਖਾਂ ਪਾ ਕੇ 6ਵੇਂ ਪਾਤਸ਼ਾਹ ਨੂੰ ਤੱਕਿਆ ਤੇ ਮੇਰੇ ਹਿਸਾਬ ਨਾਲ ਸੱਪ ਨੂੰ ਵੀ ਗਿਆਨ ਹੋ ਗਿਆ ਹੋਣਾ ਵੀ ਤੇਰੀ ਕਲਿਆਣ ਕਰਨ ਵਾਲਾ ਸਾਹਮਣੇ ਖਲੋਤਾ ਈ। ਸੱਪ ਅੱਗੇ ਵਧਿਆ, ਇਧਰੋਂ 6ਵੇਂ ਪਾਤਸ਼ਾਹ ਅੱਗੇ ਵਧੇ। ਮਹਾਬਲੀ ਦਾਤੇ ਨੇ ਸੱਪ ਨੂੰ ਪੂਰੇ ਜ਼ੋਰ ਨਾਲ ਸਰੀ ਤੋਂ ਫੜਿਆ ਤੇ ਪਟਕਾ ਪਟਕਾ ਕੇ ਧਰਤੀ ਤੇ ਮਾਰ ਕੇ ਉਹਦੀ ਕਲਿਆਣ।
ਕਰਦਾ ਸੀ ਹੰਕਾਰ, ਕੱਲਿਆ ਪ੍ਰਿਥੀ ਚੰਦ ਦਾ ਜਿਸ ਨੂੰ ਡਾਡਾ ਸੀ ਹੰਕਾਰ, ਕੱਲਿਆ ਪ੍ਰਿਥੀ ਚੰਦ ਦਾ ਜਿਸ ਨੂੰ ਡਾਡਾ ਸੀ ਹੰਕਾਰ, ਕੱਲਿਆ ਪ੍ਰਿਥੀ ਚੰਦ ਦਾ ਜਿਸ ਨੂੰ ਡਾਡਾ ਸੀ ਹੰਕਾਰ, ਪਹਿਲਾਂ ਕਿਸੇ ਬਹਾਨੇ ਸੱਜਣਾ ਦੇਵੇ ਹਰਗੋਬਿੰਦ ਨੂੰ ਮਾਰ, ਕਿਸੇ ਬਹਾਨੇ ਸੱਜਣਾ ਦੇਵੇ ਹਰਗੋਬਿੰਦ ਨੂੰ ਮਾਰ, ਕਿਸੇ ਬਹਾਨੇ ਸੱਜਣਾ ਹੱਸੇ ਜਾਰੋ ਜਾਰ, ਸਭ ਨੂੰ ਮੇਰੇ ਬਾਦਸ਼ਾਹ ਤੇ ਹੱਸੇ ਜਾਰੋ ਯਾਰ, ਸਭ ਨੂੰ ਮੇਰੇ ਬਾਦਸ਼ਾਹ ਤੇ ਹੱਸੇ ਜਾਰੋ ਯਾਰ, ਕੋਟ ਸ੍ਰੀ ਤੋਂ ਨੱਪਿਆ ਕੋਟ ਸ੍ਰੀ ਤੋਂ ਨੱਪਿਆ ਕੀਤਾ ਸਭ ਦਾ ਪਾਰ ਉਤਾਰ, ਗੁਰਾਂ ਕੋਟ ਸ੍ਰੀ ਪਦਮ ਕਹੇ ਵਿੱਚ ਸੰਗਤਾਂ ਤੇ ਹੋਈ ਜੈ ਜੈਕਾਰ, ਫਿਰ ਪਦਮ ਕਹੇ ਵਿੱਚ ਸੰਗਤਾਂ ਤੇ ਹੋਈ ਜੈ ਜੈਕਾਰ, ਸੰਗਤਾਂ ਤੇ ਹੋਈ ਜੈ ਜੈਕਾਰ, ਪਦਮ ਕਹੇ ਵਿੱਚ ਸੰਗਤਾਂ ਤੇ ਹੋਈ ਜੈ ਜੈਕਾਰ। ਇਹ
ਇੱਕ ਵਾਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। 6 ਸਾਲ ਦੀ ਉਮਰ ਤੱਕ ਆਉਂਦਿਆਂ ਆਉਂਦਿਆਂ 6ਵੇਂ ਪਾਤਸ਼ਾਹ ਦੇ ਉੱਤੇ ਸਕੇ ਤਾਏ ਬਾਬੇ ਪ੍ਰਿਥੀ ਚੰਦ ਨੇ 3 ਵੱਡੇ ਮਾਰੂ ਹਮਲੇ ਕੀਤੇ, ਪਰ 3 ਮਾਰੂ ਹਮਲਿਆਂ ਤੋਂ 6ਵੇਂ ਪਾਤਸ਼ਾਹ ਆਪ ਬਚ ਗਏ। ਇੱਥੋਂ ਸੱਚੇ ਪਾਤਸ਼ਾਹ ਫਿਰ ਪਰਿਵਾਰ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਤੇ ਸਮਾਂ ਬੀਤਣ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂਆਂ ਭਗਤਾਂ ਭੱਟਾਂ ਤੇ ਸਿੱਖਾਂ ਦੀ ਬਾਣੀ ਨੂੰ ਇੱਕ ਥਾਂ ਤੇ ਇਕੱਠਿਆਂ ਕਰਕੇ ਇੱਕ ਆਦਿ ਗ੍ਰੰਥ ਤਿਆਰ ਕੀਤਾ, ਜਿਹਦਾ ਪਹਿਲਾ ਪ੍ਰਕਾਸ਼ ਭਾਦਰੋਂ ਸੁਧੀ ਏਕਮ ਸੰਮਤ 1661 ਬਿਕਰਮੀ ਸੰਨ 1604 ਈਸਵੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਤਾ ਗਿਆ। ਫਿਰ ਉਹ ਸਮਾਂ ਆਇਆ ਜਦੋਂ 6ਵੇਂ ਪਾਤਸ਼ਾਹ ਨੂੰ ਗੁਰੂ ਬਣਾ ਕੇ 5ਵੇਂ ਪਾਤਸ਼ਾਹ ਦੀ ਗ੍ਰਿਫਤਾਰੀ ਹੋਈ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਤੇ ਲਾਹੌਰ ਜਹਾਂਗੀਰ ਦੇ ਦਰਬਾਰ ਅੰਦਰ ਪੇਸ਼ ਕੀਤਾ ਗਿਆ। ਹੁਣ ਕਾਰਨ ਬੜੇ ਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਉੱਤੇ, ਮੇਰਾ ਜੀ ਤੇ ਕਰਦਾ ਮੈਂ ਉਹਨਾਂ ਉੱਤੇ ਬੋਲਾਂ, ਪਰ ਸਮਾਂ ਮੇਰੇ ਕੋਲ ਇੰਨਾ ਨਹੀਂ, ਬਸ ਮੋਟੇ ਮੋਟੇ 1-2 ਪੁਆਇੰਟ ਸਮਝਣ ਦਾ ਯਤਨ ਕਰਿਓ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੇ ਕਾਰਨ ਬਹੁਤ ਨੇ। ਸਭ ਤੋਂ ਪਹਿਲਾ ਕਾਰਨ ਆ ਗੁਰੂ ਅਰਜਨ ਦੇਵ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ, ਕਿਉਂਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ, ਕੁੱਲ ਹਿੰਦੂ ਤੇ ਕੁੱਲ ਮੁਸਲਮਾਨ ਆਪਣਾ ਧਰਮ ਛੱਡ ਕੇ ਤੇ ਸਿੱਖ ਬਣੇ। ਮਹਾਰਾਜ ਨੇ ਕਿਤੇ ਨਹੀਂ ਸੀ ਆਖਿਆ ਵੀ ਤੁਸੀਂ ਸਾਡੇ ਧਰਮ 'ਚ ਆਓ, ਪਰ ਉਹਨਾਂ ਨੇ ਵੇਖਿਆ ਵੀ ਇਹਨਾਂ ਦਾ ਨਿਆਰਾ ਪਾਉਂਦੇ ਆ, ਉਹ ਆਪਣਾ ਧਰਮ ਛੱਡ ਕੇ ਤੇ ਗੁਰੂ ਪਾਤਸ਼ਾਹ ਦੇ ਧਰਮ ਵਿੱਚ ਆਏ। ਹੁਣ ਮੈਨੂੰ ਨਹੀਂ ਪਤਾ ਤੁਹਾਡੇ ਇੱਥੇ ਉਹ ਰਿਵਾਜ਼ ਹੈਗਾ ਕਿ ਨਹੀਂ ਹੈਗਾ, ਜੇ ਨਹੀਂ ਹੋਊਗਾ ਤਾਂ ਚਲੋ ਵੱਖਰੀ ਗੱਲ ਆ। ਉੱਦਾਂ ਜਿਹੜੇ ਤੁਸੀਂ ਪੰਜਾਬ ਨੂੰ ਬਿਲੋਂਗ ਕਰਦੇ ਹੋ ਜਾਂ ਪੰਜਾਬ ਨੂੰ ਚੰਗੀ ਤਰ੍ਹਾਂ ਸਮਝਦੇ ਹੋ, ਉੱਥੇ ਕਬਰਾਂ ਵਾਲਿਆਂ ਦਾ ਬੜਾ ਜ਼ੋਰ ਆ, ਜਿਨ੍ਹਾਂ ਨੂੰ ਤੁਸੀਂ ਸਖੀ ਸਰਵਰੀਏ ਕਹਿ ਦਿੰਦੇ ਹੋ, ਲਾਲਾਂ ਵਾਲਾ ਕਹਿ ਦਿੰਦੇ ਹੋ, ਲੱਖਾਂ ਦੇ ਦਾਦੇ ਕਹਿ ਦਿੰਦੇ, ਜਾਣੀ ਕਿ ਕਬਰਾਂ ਦੇ ਪੁਜਾਰੀ। ਹੁਣ ਕਬਰਾਂ ਮੁਸਲਮਾਨ ਨਹੀਂ ਪੂਜਦੇ, ਸਿੱਖਾਂ ਦੀ ਖਾਸੀਅਤ ਆ ਵੀ ਸਿੱਖ ਗੁਰੂ ਪਾਤਸ਼ਾਹ ਨੂੰ ਆਪਣਾ ਸਾਰਾ ਕੁਝ ਮੰਨਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਰ ਕਿਤੇ ਨਾ ਕਿਤੇ ਸਾਡੇ 'ਚ ਕਮੀ ਆ ਕਿ ਪਿੰਡਾਂ 'ਚ ਬਣੀਆਂ ਕਬਰਾਂ ਸਾਡੇ ਵਾਸਤੇ ਸਭ ਤੋਂ ਵੱਡਾ ਜ਼ਹਿਰ ਬਣ ਗਈਆਂ 'ਚ। ਤੁਸੀਂ ਨਾਂ ਸੁਣਿਆ ਹੋਣਾ ਸ਼ਾਇਦ ਮਾਝੇ ਦੇ ਏਰੀਏ ਵਿੱਚ ਇੱਕ ਪੀਰ ਦੀ ਜਗ੍ਹਾ ਵਾ ਜਿਹਨੂੰ ਸ਼ੇਖ ਫੱਤਾ ਕਹਿੰਦੇ ਆ, ਜਿਨ੍ਹਾਂ ਨੇ ਪੁਰਾਣੇ ਪੰਜਾਬ 'ਚ ਕਿਤੇ ਵੇਖਿਆ ਹੋਊਗਾ, ਉਹਦੀ ਕਬਰ ਦੇ ਉੱਤੇ ਖੀਰ ਲੈ ਕੇ ਜਾਂਦੇ ਆ ਲੋਕ। ਇਹ ਸ਼ੇਖ ਫਤੀਆ ਟੱਬਰ ਸਭ ਤੋਂ ਅੱਗੇ ਸੀ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਸ਼ਿਕਾਇਤਾਂ ਕਰਨ ਦੇ ਵਿੱਚ ਵੀ ਗੁਰੂ ਅਰਜਨ ਦੇਵ ਨੂੰ ਖਤਮ ਕਰ ਦਿਓ। ਇਹਦੇ ਵਿੱਚ ਚੰਦੂ ਵੀ ਆ ਜਾਣਾ, ਚੰਦੂ ਦੀ ਧੀ ਦਾ ਰਿਸ਼ਤਾ ਮੋੜਿਆ ਸੀ ਮਹਾਰਾਜ ਨੇ, ਉਹ ਵੀ ਆ ਗਿਆ। ਕਾਰਨ ਬਹੁਤ ਨੇ, ਪਰ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਆ ਉਹ ਆ ਬਾਦਸ਼ਾਹ ਜਹਾਂਗੀਰ ਆਪ। ਅਸਲ ਵਿੱਚ ਬਾਦਸ਼ਾਹ ਜਹਾਂਗੀਰ ਅਜੇ ਬਾਦਸ਼ਾਹ ਨਹੀਂ ਸੀ ਬਣਿਆ, ਉਹਦੀ ਇੱਕ ਕਿਤਾਬ ਆ ਆਪਣੀ, ਉਹਨੇ ਆਪਣੇ 'ਤੇ ਲਿਖੀ ਆ, ਉਹਦਾ ਨਾਮ ਆ ਤੁਜ਼ਕੇ ਜਹਾਂਗੀਰੀ। ਉਹਦੇ 'ਚ ਖੁਦ ਮੰਨਦਾ ਵੀ ਜਿੱਦਣ ਮੈਂ ਬਾਦਸ਼ਾਹ ਬਣਿਆ ਨਾ, ਜਿੱਦਣ ਮੇਰਾ ਜ਼ੋਰ ਪਿਆ, ਮੈਂ ਗੁਰੂ ਅਰਜਨ ਦੇਵ ਨੂੰ ਜਾਂ ਤਾਂ ਖਤਮ ਕਰੂੰਗਾ ਅਤੇ ਜਾਂ ਗੁਰੂ ਅਰਜਨ ਦੇਵ ਨੂੰ ਮੁਸਲਮਾਨ ਬਣਾਊਂਗਾ। ਇਹ ਬਾਦਸ਼ਾਹ ਖੁਦ ਮੰਨਦਾ ਵਾ ਵੀ ਜਿੱਦਣ ਮੈਂ ਪਾਵਰ 'ਚ ਆਇਆ ਪਹਿਲਾਂ ਕੰਮ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਖਿਲਾਫ ਕਰਨਾ। ਹੁਣ ਆ ਜਾਓ ਲਾਹੌਰ, ਲਾਹੌਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ, ਉਬਲਦੀ ਦੇਗ 'ਚ ਉਬਾਲਿਆ ਗਿਆ, ਤਸੀਹੇ ਬਹੁਤ ਦਿੱਤੇ ਗਏ। ਇੱਕ ਚੀਜ਼ ਤੁਹਾਡੇ ਲਈ ਕੁਝ ਨਵੀਂ ਹੋ ਸਕਦੀ ਆ, ਸ਼ਾਇਦ ਤੁਹਾਨੂੰ ਉਹ ਸਹਿਮਤ ਕਰਨੀ, ਕਿਉਂਕਿ ਨਵੀਂ ਹੋਣ ਕਰਕੇ ਕਈ ਵਾਰੀ ਉਹਨੂੰ ਮੰਨਣਾ ਔਖਾ ਜਾਪਦਾ। ਅੱਜ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਈਏ ਅਤੇ ਕਿਸੇ ਨੂੰ ਪੁੱਛੀਏ ਵੀ ਕੀ ਆ, ਅਤੇ ਬਹੁਤੇ ਲੋਕਾਂ ਦਾ ਇੱਕ ਜਵਾਬ ਹੁੰਦਾ ਜੀ ਛਬੀਲਾਂ।
ਮੈਂ ਬਾਪ ਰੂਫ ਤੁਹਾਡੇ ਨਾਲ ਗੱਲ ਕਰੂੰਗਾ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਾ ਸ਼ਬੀਲਾਂ ਦੇ ਨਾਲ ਕੋਈ ਸੰਬੰਧ ਨਹੀਂ। ਇਹ ਬਿਲਕੁਲ ਕਹਾਣੀ ਗਲਤ ਆ ਕਿ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ 'ਤੇ ਸ਼ਬੀਲਾਂ ਲਾਈਏ ਅਸੀਂ। ਸ਼ਬੀਲ ਕਿੱਥੋਂ ਲੱਗੀ ਆ? ਸ਼ਬੀਲ ਸਭ ਤੋਂ ਪਹਿਲੀ ਲਾਈ ਸੀ ਕਰਤਾਰਪੁਰ ਸਾਹਿਬ, ਉਹ ਜਿਹੜਾ ਪਾਕਿਸਤਾਨ 'ਚ ਦਾ ਜਿਹੜਾ ਵਾਹਗਾ ਬਾਰਡਰ 'ਤੇ ਹੁਣ ਲਾਂਘਾ ਖੁੱਲ੍ਹਾ ਵਾ, ਸਭ ਤੋਂ ਪਹਿਲੀ ਸ਼ਬੀਲ ਗੁਰੂ ਨਾਨਕ ਪਾਤਸ਼ਾਹ ਨੇ ਲਾਈ ਆ। ਅਸੀਂ ਸ਼ਬੀਲਾਂ ਦਾ ਕਨਸੈਪਟ ਲਿਆ ਕੇ ਅਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ 'ਤੇ ਲਿਆ ਦਿੱਤਾ। ਠੀਕ ਆ, ਗਰਮੀ ਦਾ ਮੌਸਮ ਆ, ਠੰਡਾ ਪਾਣੀ ਪਿਆਉਣਾ ਸਿੱਖਾਂ ਦੇ ਖੂਨ ਵਿੱਚ ਆ, ਕਿਉਂਕਿ ਤੁਸੀਂ ਖੁਦ ਬੜੇ ਠੰਡੇ ਸੁਭਾਅ ਦੇ ਹੋ, ਲੋਕਾਂ ਨੂੰ ਖੁਸ਼ ਕਰਨਾ ਤੁਹਾਡੀ ਇੱਕ ਫਿਤਰਤ ਬਣ ਗਈ ਆ। ਪਰ ਸ਼ਹੀਦੀ ਦਾ ਸੰਬੰਧ ਸ਼ਬੀਲਾਂ ਨਾਲ ਜੋੜ ਕੇ ਆਖੀ ਜਾਣਾ ਵੀ ਸ਼ਬੀਲਾਂ ਹੀ ਲਾਉਣੀਆਂ ਵਾ, ਇਹ ਗੱਲ ਗਲਤ ਆ। ਹੁਣ ਸ਼ਬੀਲਾਂ ਵਾਲੀ ਕਹਾਣੀ ਸੁਣ ਲਓ, ਇਹ ਕਹਾਣੀ ਕਿੱਥੋਂ ਆਈ, ਕਿਵੇਂ ਆਈ ਅਤੇ ਕਿਹੜੀ ਸੰਨ 'ਚ ਆਈ ਆ। ਅੱਜ ਤੁਸੀਂ ਗੂਗਲ 'ਤੇ ਜਾ ਕੇ ਸਰਚ ਮਾਰੋ, ਉੱਥੇ ਲਿਖੋ ਸ਼ਬੀਲ, ਅਤੇ ਜਦੋਂ ਸ਼ਬੀਲ ਲਿਖੋਗੇ ਤਾਂ ਗੂਗਲ ਦੇ ਉੱਤੇ ਇੱਕ ਕਹਾਣੀ ਤੁਹਾਡੇ ਸਾਹਮਣੇ ਆਟੋਮੈਟਿਕ ਆ ਜਾਣੀ ਆ। ਉਸ ਕਹਾਣੀ ਪਤਾ ਕੀ ਆ ਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ 'ਤੇ ਬੈਠੇ ਸੀ ਅਤੇ ਚੰਦੂ ਦੀ ਨਹੁੰ ਮਹਾਰਾਜ ਵਾਸਤੇ ਸ਼ਰਬਤ ਲੈ ਕੇ ਆਈ ਆ, ਚੰਦੂ ਦੀ ਨਹੁੰ ਮਹਾਰਾਜ ਵਾਸਤੇ ਸ਼ਰਬਤ ਲੈ ਕੇ ਆਈ ਆ, ਅਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਰਬਤ ਪੀਣ ਤੋਂ ਨਾਂਹ ਕਰ ਦਿੱਤੀ, ਚੰਦੂ ਦੀ ਨਹੁੰ ਨੇ ਸ਼ਰਬਤ ਲੋਕਾਂ 'ਚ ਵਰਤਾ ਦਿੱਤਾ ਅਤੇ ਉੱਥੋਂ ਸ਼ਬੀਲ ਲੱਗਣੀ ਸ਼ੁਰੂ ਹੋ ਗਈ। ਇਹ ਕਹਾਣੀ ਗੂਗਲ 'ਤੇ ਚੜ੍ਹੀ ਆ। ਅਸਲ ਵਿੱਚ ਸਾਡੇ ਸਿੱਖਾਂ 'ਚ ਇੱਕ ਕਮਜ਼ੋਰੀ ਆ, ਜਿਹੜੀ ਚੀਜ਼ ਸਾਡੇ ਕੋਲ ਫੇਸਬੁੱਕ 'ਤੇ ਆਉਂਦੀ ਆ, ਜਿਹੜੀ ਚੀਜ਼ ਸਾਡੇ ਕੋਲ ਵਟਸਐਪ 'ਤੇ ਆਉਂਦੀ ਆ, ਅਸੀਂ ਉਹਨੂੰ ਪੜ੍ਹਨਾ ਨਹੀਂ ਹੁੰਦਾ, ਅਸੀਂ ਚੁੱਕ ਦੂਜੇ ਦੇ ਫੋਨ 'ਚ ਪਾਉਣੀ ਆ, ਫਾਰਵਰਡ ਕਰੀ ਜਾਣੀ ਆ। ਹੁਣ ਜਦੋਂ ਇੱਕ ਚੀਜ਼ ਕਰੋੜਾਂ ਵਾਰੀ ਫਾਰਵਰਡ ਹੋ ਜਾਣੀ ਆ, ਉਹਨੇ ਆਟੋਮੈਟਿਕ ਗੂਗਲ 'ਤੇ ਚੜ੍ਹ ਜਾਣਾ ਵਾ। ਹੁਣ ਜੇ ਉਹਨੂੰ ਤੁਸੀਂ ਗੂਗਲ ਤੋਂ ਲਾਉਣਾ ਵੀ ਚਾਹੋ, ਤੁਹਾਡੇ ਕੋਲ ਨਹੀਂ ਲੱਥਣੀ, ਕਿਉਂਕਿ ਇੰਨੀਆਂ ਰਿਪੋਰਟਾਂ ਨਹੀਂ ਤੁਹਾਡੇ ਕੋਲ ਵੱਜਣੀਆਂ ਮਗਰੋਂ। ਸਾਡਾ ਇੱਕ ਸੁਭਾਅ ਆ, ਕੋਈ ਨਵੀਂ ਜਿਹੀ ਚੀਜ਼ ਆਵੇ ਨਾ ਸਾਡੇ ਸਾਹਮਣੇ ਅਤੇ ਅਸੀਂ ਉਹਦਾ ਸਾਰ ਤੱਤ ਨਹੀਂ ਲੈਣਾ ਵੀ ਇਹ ਗਲਤ ਹੋ ਸਕਦੀ ਆ, ਨੁਕਸਾਨ ਹੋ ਸਕਦਾ ਵਾ। ਹੁਣ ਬਹੁਤਿਆਂ ਦੇ ਫੋਨਾਂ 'ਚ ਸਵੇਰੇ ਹੁਕਮਨਾਮਾ ਹੁੰਦਾ ਨਾ, ਮੇਰੇ ਹਿਸਾਬ ਨਾਲ ਜੋ ਸਵੇਰੇ ਤੁਸੀਂ ਉੱਠਦੇ ਜੇ ਨਾ, ਦਰਬਾਰ ਸਾਹਿਬ ਦਾ ਹੁਕਮਨਾਮਾ ਜਾਂ ਹੋਰ ਕਿਸੇ ਗੁਰਦੁਆਰੇ ਦਾ ਹੁਕਮਨਾਮਾ ਤੁਹਾਡੇ ਫੋਨ 'ਚ ਆਉਂਦਾ ਵਾ, ਅਤੇ ਮੇਰੇ ਹਿਸਾਬ ਨਾਲ ਤੁਹਾਡੇ 'ਚੋਂ 1% ਜਾਂ 2% ਬੰਦੇ ਆ ਜਿਹੜੇ ਹੁਕਮਨਾਮਾ ਪੜ੍ਹਦੇ ਹੋਣਗੇ, ਨਹੀਂ ਤਾਂ ਉੱਠਦੇ ਸਾਰ ਉਹ ਹੁਕਮਨਾਮਾ ਚੁੱਕੀਦਾ ਅਤੇ ਦੂਜੇ ਦੇ ਫੋਨ 'ਚ ਫਾਰਵਰਡ ਕਰ ਦੀਦਾ ਵੀ ਤੂੰ ਪੜ੍ਹ ਲਾ, ਮੈਨੂੰ ਨਹੀਂ ਪੜ੍ਹਨ ਦੀ ਲੋੜ, ਮੈਨੂੰ ਨੀਂਦ ਬੜੀ ਆਈ ਆ। ਸਾਡੀ ਭਗਤੀ ਇਹ ਆ ਵੀ ਗਾਂਹ ਫਾਰਵਰਡ ਕਰੋ। ਹੁਣ ਉਹ ਜਿਹੜੀ ਕਹਾਣੀ ਅਸੀਂ ਫਾਰਵਰਡ ਕਰ ਦਿੱਤੀ ਆ ਕਿ ਚੰਦੂ ਦੀ ਨਹੁੰ ਸ਼ਰਬਤ ਲੈ ਕੇ ਆਈ, ਇੱਥੋਂ ਸ਼ਬੀਲਾਂ ਜੁੜ ਗਈਆਂ। ਹੁਣ ਇਹ ਕਹਾਣੀ ਪਤਾ ਕਦੋਂ ਦੀ ਆ? ਇਹ ਕਹਾਣੀ ਆ 1925 ਦੀ। ਇੱਧਰ ਧਿਆਨ ਦਿਓ ਸਾਰੇ, ਉੱਧਰ ਨਾ ਵੇਖੋ, ਕੋਈ ਗੱਲ ਨਹੀਂ। ਇਹ ਕਹਾਣੀ ਆ 1925 ਦੀ, ਬਣਾਈ ਕਿਹਨੇ ਆ? ਵੀਰ ਸਾਵਰਕਰ ਨੇ। ਵੀਰ ਸਾਵਰਕਰ ਕੌਣ ਆ? ਜਿਹਨੇ RSS ਦੀ ਨੀਂਹ ਰੱਖੀ ਆ। ਅਸਲ ਵਿੱਚ ਇਸ ਕਹਾਣੀ ਦਾ ਮੁੱਢ ਉਹਨਾਂ ਬੰਦਿਆਂ ਨੇ ਬੰਨਿਆ ਵਾ, ਉਹਨਾਂ ਨੇ ਕਹਾਣੀ ਨੱਪ ਛੱਡੀ। ਅੱਜ ਜਦੋਂ ਜ਼ਮਾਨਾ ਆਇਆ ਸੋਸ਼ਲ ਮੀਡੀਆ ਦਾ, ਉਹਨਾਂ ਨੇ ਕਹਾਣੀ ਬਣਾ ਕੇ ਲੋਕਾਂ ਸਾਹਮਣੇ ਬਣਾਤੀ। ਸਾਨੂੰ ਜਾਪਿਆ ਵੀ ਪਤਾ ਨਹੀਂ ਕਿੱਡੀ ਕੁ ਵੱਡੀ ਖੋਜ ਕਰ ਲਈ ਅਸੀਂ ਵੀ ਚੰਦੂ ਦੀ ਨਹੁੰ ਪਾਣੀ ਲੈ ਕੇ ਆਈ ਆ ਅਤੇ ਸ਼ਬੀਲ ਲਾਉਣੀ ਸੀ, ਅਸੀਂ ਚੁੱਕ ਕੇ ਲੋਕਾਂ ਦੇ ਫੋਨ 'ਚ ਪਾ ਕੇ ਅਤੇ ਉਹ ਆਟੋਮੈਟਿਕ ਨੈੱਟ 'ਤੇ ਚੜ੍ਹਾ ਕੇ ਬਹਿ ਗਏ, ਨੁਕਸਾਨ ਹੋਇਆ ਸਾਡਾ। ਇਹ ਕਹਾਣੀ RSS ਦੀ ਦੇਣ ਆ। ਚੰਦੂ ਦੀ ਨਹੁੰ ਕਿਤੇ ਸ਼ਰਬਤ ਨਹੀਂ ਲੈ ਕੇ ਆਉਂਦੀ। ਹੁਣ ਇੱਕ ਚੀਜ਼ ਹੋਰ ਦੱਸਾਂ, ਤਰਨ ਤਾਰਨ ਦੀ ਸਟੇਜ ਉੱਤੇ ਬੋਲਦੀ ਸੀ ਸੁਸ਼ਮਾ ਸਵਰਾਜ। ਤਰਨ ਤਾਰਨ ਤੁਹਾਨੂੰ ਪਤਾ, ਗੁਰੂ ਅਰਜਨ ਦੇਵ ਮਹਾਰਾਜ ਦਾ ਦਰਬਾਰ। ਸੁਸ਼ਮਾ ਸਵਰਾਜ ਦੁਨੀਆ ਤੋਂ ਜਾ ਚੁੱਕੀ ਆ। ਸੁਸ਼ਮਾ ਸਵਰਾਜ ਬੋਲਦੀ ਆ, BJP ਦੀ ਲੀਡਰ ਆ। ਹੁਣ ਉਹ ਸਟੇਜ 'ਤੇ ਬੈਠੀ ਗੱਲ ਕਰਦੀ ਆ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੇ ਵਿੱਚ ਚੰਦੂ ਦਾ ਕੋਈ ਰੋਲ ਨਹੀਂ।
ਐਵੇਂ ਚੰਦੂ ਦਾ ਨਾਂ ਲਾਈ ਜਾਂਦੇ। ਚੰਦੂ ਤੇ ਸਿੱਖ ਹੀ ਬੜਾ ਵੱਡਾ ਸੀ, ਚੰਦੂ ਵਰਗਾ ਤੇ ਗੁਰਸਿੱਖ ਕੋਈ ਨਹੀਂ ਹੈਗਾ। ਹੁਣ ਬੀਬੀ ਨੂੰ ਕੋਈ ਇਹ ਨਹੀਂ ਸੀ ਸਮਝਾਉਣ ਵਾਲਾ ਵੀ ਜਿਹੜੀ ਸਟੇਜ ਤੇ ਤੂੰ ਖਲੋਤੀ ਆ ਉਸ ਸਟੇਜ ਤੋਂ 10 ਮੀਟਰ ਦੀ ਦੂਰੀ ਉੱਤੇ ਉਹ ਜਗ੍ਹਾ ਬਣੀ ਆ ਜਿੱਥੇ ਚੰਦੂ ਦੇ ਨੱਕ 'ਚ ਨਕੇਲ ਪਾਈ ਆ ਗੁਰੂ ਹਰਗੋਬਿੰਦ ਪਾਤਸ਼ਾਹ ਨੇ। ਸੁਸ਼ਮਾ ਸਵਰਾਜ ਬੋਲ ਗਈ, ਸਾਡੀਆਂ ਨੀਲੀਆਂ ਪੱਗਾਂ ਵਾਲੇ, ਕਾਲੀਆਂ ਪੀਲੀਆਂ ਪੱਗਾਂ ਵਾਲੇ ਜਥੇਦਾਰ ਮੂੰਹ 'ਚ ਘੁੰਗਣੀਆਂ ਪਾ ਕੇ ਸਟੇਜ 'ਤੇ ਬੈਠੇ ਰਹਿ, ਇੱਕ ਬੰਦੇ ਦੇ ਮੂੰਹ 'ਚੋਂ ਜ਼ਬਾਨ ਨਹੀਂ ਹਿੱਲੀ ਵੀ ਬੀਬੀ ਤੂੰ ਕਿਹੜੀ ਬਣਾ ਉੱਤੇ ਚੰਦੂ ਨੂੰ ਬੇਗੁਨਾਹ ਕਰਦੀ ਆ। ਆ ਹੁੰਦੀ ਆ ਇਤਿਹਾਸ ਦੀ ਰੱਦੋ ਬਦਲ। ਇੱਕ ਚੀਜ਼ ਹੋਰ ਕਹਿ ਦਿਆ, ਸਮਾਂ ਮੇਰਾ ਹੋ ਚੱਲਿਆ, ਮੈਂ ਵਹਿਣ 'ਚ ਵਹਿ ਜਾਂਦਾ ਹੁੰਦਾ। ਅੱਜ ਦੀ ਡੇਟ ਅੰਦਰ ਸਾਡੇ ਕੋਲ ਇਤਿਹਾਸ 'ਤੇ ਖੋਜ ਕਰਨ ਵਾਸਤੇ ਕੋਈ ਕਦਮ ਨਹੀਂ ਜੀ ਹੈਗਾ। ਜਿਹੜੀ ਖੋਜ ਡਾਕਟਰ ਗੰਡਾ ਸਿੰਘ ਨੇ ਕਰ ਦਿੱਤੀ ਜਾਂ ਕਰਮ ਸਿੰਘ ਹਿਸਟੋਰੀਅਨ ਨੇ ਕਰ ਦਿੱਤੀ, ਸ਼੍ਰੋਮਣੀ ਕਮੇਟੀ ਨੇ ਵੀ ਗਾਂ ਇੱਕ ਪੈਸਾ ਨਹੀਂ ਖਰਚਿਆ ਉਹਦੇ ਉੱਤੇ। ਅਤੇ ਜਿਹੜੀ ਗੱਲ ਤੁਹਾਡੇ ਲਈ ਘਾਤਕ ਆ, RSS ਦੇ ਕੋਲ 3300 ਬੰਦਾ ਇਸ ਵਕਤ ਗੋਲਡ ਮੈਡਲਿਸਟ ਜਿਹੜੇ ਰਿਟਾਇਰਮੈਂਟ ਲੈ ਚੁੱਕੇ ਉਹ ਬੰਦੇ ਹਿਸਟਰੀ ਦੇ 3300, ਇੱਕ ਦੋ ਨਹੀਂ 3500 ਬੰਦਾ ਉਹ ਬੈਠਾ ਵਾ ਜਿਨ੍ਹਾਂ ਨੂੰ ਦਿਨ ਰਾਤ ਇਸੇ ਕੰਮ ਦੇ ਪੈਸੇ ਦਿੱਤੇ ਜਾਂਦੇ ਆ ਵੀ ਆਪਣਾ ਇਤਿਹਾਸ ਸੁਧਾਰਨਾ ਕਿੱਦਾਂ ਵਾ ਅਤੇ ਦੂਜਿਆਂ ਦਾ ਵਿਗਾੜਨਾ ਕਿੱਦਾਂ ਵਾ। ਹੁਣ ਯੂਪੀ ਚਲੇ ਜਾਓ, ਯੂਪੀ 'ਚ ਜਿੰਨੇ ਮੁਸਲਮਾਨਾਂ ਦੇ ਨਾਵਾਂ ਦੇ ਸ਼ਹਿਰ ਸੀ ਸਾਰੇ ਬਦਲ ਕੇ ਉਹਨਾਂ ਨੇ ਆਪਣੇ ਰੱਖ ਦਿੱਤੇ ਨਾ। ਹੁਣ ਆਉਣ ਵਾਲੇ ਸਮੇਂ 'ਚ ਜਿਹੜੇ ਨਿੱਕੇ ਨਿੱਕੇ ਨਿਆਣੇ ਵੱਡੇ ਹੋਣਗੇ ਇਹਨਾਂ ਨੂੰ ਕੀ ਪਤਾ ਲੱਗੂ ਵੀ ਇੱਥੇ ਮੁਸਲਮਾਨਾਂ ਦਾ ਵੀ ਰਾਜ ਰਿਹਾ, ਮੁਸਲਮਾਨਾਂ ਨੇ ਇੰਨਾ ਚਿਰ ਰਾਜ ਕੀਤਾ। ਜਦੋਂ ਬੰਦੇ ਪਾਵਰ 'ਚ ਹੋਣ ਤਾਂ ਇਹਨੂੰ ਕਹਿੰਦੇ ਆ ਪਾਵਰ ਦਾ ਫਾਇਦਾ ਕਿੱਦਾਂ ਚੁੱਕੀਦਾ ਵਾ। ਅਗਲਿਆਂ ਨੇ ਸ਼ਹਿਰਾਂ ਦੇ ਨਾਂ ਬਦਲਤੇ। ਪਿੱਛੇ ਜੇ ਦਿੱਲੀ 'ਚ ਗੱਲ ਚੱਲੀ, ਉੱਥੇ ਨਾ ਇੱਕ ਰੋਡ ਆ ਔਰੰਗਜ਼ੇਬ ਰੋਡ ਦਿੱਲੀ ਦੇ ਵਿੱਚ, ਹੁਣ ਉਹ ਕਹਿੰਦੇ ਆ ਵੀ ਇਸ ਔਰੰਗਜ਼ੇਬ ਰੋਡ ਦਾ ਨਾਂ ਬਦਲ ਕੇ ਤੇ ਗੁਰੂ ਤੇਗ ਬਹਾਦਰ ਰੋਡ ਕਰ ਦਿਓ। ਸਾਡੇ ਸਿੱਖ ਵੀ ਜਕਾਰੇ ਲਈ ਜਾਂਦੇ ਆ, ਸਾਡੇ ਸਿੱਖ ਵੀ ਚਕਾਰੇ ਲਾਈ ਜਾਂਦੇ ਆ। ਔਰੰਗਜ਼ੇਬ ਨਹੀਂ ਕੱਢਿਆ ਜਾਣਾ ਚਾਹੀਦਾ ਇਤਿਹਾਸ 'ਚੋਂ, ਔਰੰਗਜ਼ੇਬ ਰਹੂਗਾ ਅਤੇ ਅਸੀਂ ਦੁਨੀਆਂ ਨੂੰ ਦੱਸਾਂਗੇ ਵੀ ਔਰੰਗਜ਼ੇਬ ਦੀਆਂ ਅੱਖਾਂ 'ਚ ਅੱਖਾਂ ਸਾਡੇ ਗੁਰੂ ਤੇਗ ਬਹਾਦਰ ਨੇ ਪਾਈਆਂ ਸੀ, ਭਾਰਤ ਵਾਲੇ ਤਾਂ ਉਹਨੇ ਜੁੱਤੀ ਦੇ ਜ਼ੋਰ ਨਾਲ ਨਾਪਲੇ ਸੀ ਸਾਰੇ। ਅਤੇ ਜੇ ਤੁਹਾਨੂੰ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦੇ ਉੱਤੇ ਇੰਨਾ ਹੀ ਪਿਆਰ ਆਉਂਦਾ, ਤੁਸੀਂ ਇੱਕ ਰੋਡ ਦਾ ਨਾਂ ਕਿਉਂ ਬਦਲਦੇ? ਜੇ ਇੰਦਰਾ ਗਾਂਧੀ ਏਅਰਪੋਰਟ ਦਾ ਨਾਂ ਬਦਲ ਕੇ ਗੁਰੂ ਤੇਗ ਬਹਾਦਰ ਏਅਰਪੋਰਟ ਕਰੋ, ਹਾਂ ਫਿਰ ਵੇਖੀਏ ਤੁਹਾਡੀ ਬਹਾਦਰੀ ਵੀ, ਤੁਸੀਂ ਵਾਕਈ ਗੁਰੂ ਤੇਗ ਬਹਾਦਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਚਾਹੁੰਦੇ ਹੋ। ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ, ਸਮਾਪਤੀ ਹੈ ਜੀ, ਹੁਕਮ ਲਾ ਦਿਓ 10 ਮਿੰਟ ਹੋਰ। ਠੀਕ ਹੈ ਜੀ, ਮੈਂ ਪਹਿਲਾਂ ਸਰਦਾਰ ਸਾਹਿਬ ਨੂੰ ਕਿਹਾ ਸੀ ਵੀ ਸਮੇਂ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਆ, ਅਸੀਂ ਕਿਹੜੀ ਕਾਪੀ ਰੱਖੀ ਅਗਲੇ ਬੰਨੇ। ਜਦੋਂ ਦੁਕਾਨ 'ਚ ਸੌਦਾ ਖੁੱਲ੍ਹਾ ਹੋਵੇ ਨਾ ਫਿਰ ਵੇਚਣ ਵਾਲਾ ਢੇਰ ਲਾਈ ਜਾਂਦਾ ਕੱਪੜਿਆਂ ਦਾ, ਆਹ ਵੀ ਲੈ ਲਓ ਆਹ ਵੀ ਲੈ ਲਓ, ਅਤੇ ਜਿਹਦੇ ਕੋਲ ਸੂਟ ਹੀ 15-20 ਹੋਣ ਉਹਨੇ ਪਹਿਲਾਂ 2 ਕੁ ਵਿਖਾਉਣੇ ਆ ਵੀ ਇਹੋ ਹੀ ਹੈਗੇ ਜੇ। ਸਾਡੇ ਕੋਲ ਸੌਦਾ ਬਹੁਤ ਆ, ਦੁਕਾਨ 'ਚ ਬਸ ਵੇਚਣਾ ਹੀ ਆ, ਤੁਸੀਂ ਚੁੱਪ ਕਰਕੇ ਸੁਣੀ ਜਾਇਓ। 10 ਮਿੰਟ ਇੱਕ ਆਖਰੀ ਕਵਿਤਾ ਕਹਿ ਕੇ ਮੈਂ ਸਮਾਪਤੀ ਕਰ ਦੇਣੀ। ਇੱਕ ਵਾਰ ਸਾਰੀ ਸੰਗਤਾਂ ਕੋਲ ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਮੈਂ ਫਿਰ ਉੱਥੇ ਇੱਕ ਲੈ ਕੇ ਆਵਾਂ, ਬਸ ਕੱਲ੍ਹ ਹੀ ਨਿਬੇੜਨੀ ਸੀ ਕਿ ਛਬੀਲਾਂ ਦਾ ਗੁਰੂ ਅਰਜਨ ਦੇਵ ਦੀ ਸ਼ਹਾਦਤ ਨਾਲ ਕੋਈ ਸੰਬੰਧ ਨਹੀਂ ਜੀ ਹੈਗਾ। ਲਾਓ ਠੰਡਾ ਪਾਣੀ, ਜੰਮ ਜੰਮ ਲਾਓ, ਜੋ ਮਰਜ਼ੀ ਕਰੋ, ਪਰ ਉਹਨੂੰ ਗੁਰੂ ਅਰਜਨ ਦੇਵ ਦੀ ਸ਼ਹੀਦੀ ਨੂੰ ਸਮਰਪਿਤ ਨਾ ਕਰਿਆ ਕਰੋ, ਕਿਉਂਕਿ ਸ਼ਹੀਦੀ ਦਾ ਕਨਸੈਪਟ ਬਹੁਤ ਪਵਿੱਤਰ ਆ। ਇਹ ਠੰਡਾ ਮਿੱਠਾ ਪਾਣੀ ਤਾਂ ਪਹਿਲਾਂ ਵੀ ਚੱਲਦਾ ਸੀ। ਲਓ ਜੀ, ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ, ਗੁਰੂ ਬਣੇ ਛੇਵੇਂ ਪਾਤਸ਼ਾਹ। ਛੇਵੇਂ ਪਾਤਸ਼ਾਹ ਨੇ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਤਖ਼ਤ ਬਣਾਇਆ ਜਿਹਨੂੰ ਅਕਾਲ ਤਖ਼ਤ ਕਹਿੰਦੇ ਆ। ਤੁਹਾਡੀ ਜਿੰਦ ਜਾਣ ਆ ਅਕਾਲ ਤਖ਼ਤ ਸਾਹਿਬ। ਅਕਾਲ ਤਖ਼ਤ ਦਾ ਇੱਕ ਹੁਕਮ ਸਿੱਖਾਂ ਵਾਸਤੇ ਰੱਬ ਦਾ ਹੁਕਮ ਆ, ਪਰ ਸਿਸਟਮ ਵੇਖੋ ਕਿਹੜੇ ਤਰੀਕੇ ਨਾਲ ਚੱਲਿਆ। ਉਹਨਾਂ ਨੇ ਅਕਾਲ ਤਖ਼ਤ ਨੂੰ ਤੁਹਾਡੇ 'ਚ ਜ਼ੀਰੋ ਕਰਨਾ ਚਾਹਿਆ।
ਹੁਣ ਅੱਜ ਜਿਹਨੂੰ ਦਸਾਂ ਗੁਰੂਆਂ ਦੇ ਨਾਂ ਨਹੀਂ ਨਾ ਆਉਂਦੇ, ਉਹ ਵੀ ਕਈ ਵਾਰੀ ਕਹਿ ਦਿੰਦੇ ਅਸੀਂ ਨਹੀਂ ਮੰਨਦੇ ਅਕਾਲ ਤਖਤ ਨੂੰ, ਅਸੀਂ ਨਹੀਂ ਮੰਨਦੇ ਜਹੇਦਾਰ ਨੂੰ। ਬਸ ਇਹੋ ਹੀ ਤੇ ਮਾਰ ਮਾਰਨੀ ਸੀ ਕਿ ਜਿਹੜੇ ਸਿੱਖ ਇੱਕ ਅਕਾਲ ਤਖਤ ਦੀ ਆਵਾਜ਼ ਸੁਣ ਕੇ ਸਿਰ ਤਲੀ ਤੇ ਰੱਖ ਲੈਂਦੇ ਸੀ, ਉਹੋ ਹੀ ਸਿੱਖ ਅਕਾਲ ਤਖਤ ਨੂੰ ਕਹਿਣ ਲੱਗਣ ਪੈਣ ਵੀ ਅਸੀਂ ਨਹੀਂ ਮੰਨਦੇ ਅਕਾਲ ਤਖਤ ਨੂੰ। ਇਹ ਸਾਡੇ ਜੀਰੋ ਹੋਣ ਦੀ ਸਭ ਤੋਂ ਵੱਡੀ ਨਿਸ਼ਾਨੀ ਸੀ। ਅਕਾਲ ਤਖਤ ਸਾਡੇ ਰਾਜ ਭਾਗ ਦੀ ਨਿਸ਼ਾਨੀ ਆ। ਦਰਬਾਰ ਸਾਹਿਬ ਧਾਰਮਿਕ ਆ, ਅਕਾਲ ਤਖਤ ਸਾਹਿਬ ਸਾਡੀ ਰੂਹੇ ਰਵਾਂ ਹੈ। ਅਤੇ ਤਖਤਾਂ ਦੇ ਉੱਤੇ ਹਮਲੇ ਹੁੰਦੇ ਹੁੰਦੇ ਆ, ਤਖਤ ਢਹਿੰਦੇ ਵੀ ਹੁੰਦੇ ਆ, ਤਖਤ ਬਣਦੇ ਵੀ ਹੁੰਦੇ ਆ। ਲੋਕ ਕਹਿੰਦੇ ਬਾਬਾ ਜਰਨੈਲ ਸਿੰਘ ਤਖਤ ਦੇ ਆ ਕੇ ਬਹਿ ਗਿਆ ਭਿੰਡਰਾਂ ਵਾਲਾ ਸੰਤ, ਅਤੇ ਇੰਦਰਾ ਗਾਂਧੀ ਨੇ ਤਖਤ ਢਵਾ ਦਿੱਤਾ। ਯਾਦ ਰੱਖਿਓ, ਗੁਰਦੁਆਰਾ ਨਹੀਂ ਹੈਗਾ ਅਕਾਲ ਤਖਤ ਸਾਹਿਬ, ਅਕਾਲ ਤਖਤ ਗੁਰਦੁਆਰਾ ਨਹੀਂ ਆ। ਅਕਾਲ ਤਖਤ ਸਾਡੀ ਰਾਜਸੀ ਪ੍ਰਭੂ ਸੱਤਾ ਦੀ ਨਿਸ਼ਾਨੀ ਆ। ਸਾਡੇ ਤਖਤ ਦੀ ਟੱਕਰ ਦਿੱਲੀ ਦੇ ਤਖਤ ਨਾਲ ਹੋਈ, ਤੋਪਾਂ ਟੈਂਕਾਂ ਦੇ ਹਮਲੇ ਹੋਏ, ਕੋਈ ਨਹੀਂ ਫਿਰ ਜਵਾਬ ਦੇਵਾਂਗੇ ਕਿਤੇ ਆਊ ਸਮਾਂ 'ਤੇ। ਪਰ ਇਹ ਆਖੀ ਜਾਣਾ ਵੀ ਸਾਡੇ ਗੁਰਦੁਆਰਾ ਢਾਤ, ਇਹ ਗੱਲ ਬਹੁਤ ਛੋਟੇ ਲੈਵਲ ਦੀ। ਤਖਤ ਸਾਡਾ ਬਹੁਤ ਉੱਚਾ ਹੈ। ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਬਣਾਉਣਾ ਇੱਕ ਕਾਰਨ ਆ, ਸਿੱਖਾਂ ਨੂੰ ਧਰਮ ਦੇ ਨਾਲ ਨਾਲ ਰਾਜਨੀਤੀ 'ਚ ਵੀ ਪਰਪੱਕ ਕਰ ਦੇਣਾ, ਰਾਜਨੀਤੀ 'ਚ। ਹੁਣ ਅਸੀਂ ਰਾਜਨੀਤੀ ਕਿਹਨੂੰ ਸਮਝਦੇ ਹਾਂ? ਭਗਵੰਤ ਮਾਨ ਨੇ ਆਹ ਕਰਤਾ, ਬਾਦਲ ਨੇ ਆਹ ਕਰਤਾ, ਮੋਦੀ ਨੇ ਆਹ ਕਰਤਾ, ਨੈੱਟ ਦੇ ਉੱਤੇ ਜੋ ਵੇਖਿਆ ਉਹ ਪੜ੍ਹ ਲਿਆ। ਇਹ ਰਾਜਨੀਤੀ ਨਹੀਂ ਆ, ਰਾਜਨੀਤੀ ਆ ਸਾਡੇ ਹੱਕ ਕੀ ਆ, ਅਸੀਂ ਕਿੱਥੇ ਸਟੈਂਡ ਕਰਦੇ ਸਾਂ ਅਤੇ ਸਾਨੂੰ ਕਿੱਥੇ ਲਿਆ ਕੇ ਸੁੱਟ ਦਿੱਤਾ, ਇਸ ਚੀਜ਼ ਦੀ ਨੌਲੇਜ ਹੋਣਾ ਰਾਜਨੀਤੀ ਆ। ਦਰਬਾਰ ਸਾਹਿਬ ਦੇ ਸਾਹਮਣੇ ਤਖਤ ਬਣਾਉਣਾ ਸਮੇਂ ਦੀ ਹਕੂਮਤ ਨੂੰ ਚੈਲੰਜ ਕਰਨ ਦੇ ਬਰਾਬਰ ਸੀ, ਕਿਉਂਕਿ ਗਵਰਨਮੈਂਟ ਕਹਿੰਦੀ ਆ, ਮੁਗਲੀਆ ਸਲਤਨਤ ਕਹਿੰਦੀ ਆ, ਅੱਜ ਦੀ ਗਵਰਨਮੈਂਟ ਵੀ ਕਹਿੰਦੀ ਆ ਵੀ ਤੁਸੀਂ ਉੱਚੇ ਹੋ ਕੇ ਨਹੀਂ ਬਹਿ ਸਕਦੇ। ਮਹਾਰਾਜ ਨੇ ਆਖਿਆ ਇੱਕ ਨਹੀਂ ਦੋਵਾਂ ਦੋਵਾਂ ਦੀ ਸਵਾਰੀ ਕਰਕੇ ਵਿਖਾਵਾਂਗੇ, ਅਸੀਂ ਆਜ਼ਾਦ ਹਾਂ ਭਾਈ, ਅਸੀਂ ਇਹਨਾਂ ਦੇ ਮਗਰ ਲੱਗ ਕੇ ਤੁਰਨ ਵਾਲੇ ਥੋੜ੍ਹਾ। ਗੌਰਮੈਂਟ ਕਹਿੰਦੀ ਆ ਕੋਈ ਸਿਰ 'ਤੇ ਪੱਗ ਨਹੀਂ ਬੰਨ ਸਕਦਾ ਸਾਡੇ ਤੋਂ ਬਿਨਾਂ। ਅਤੇ ਗੁਰੂ ਹਰਗੋਬਿੰਦ ਮਹਾਰਾਜ ਨੇ ਆਖਿਆ ਇੱਕ ਨਹੀਂ ਦੋ ਦੋ ਬੰਨ ਕੇ ਵਿਖਾਵਾਂਗੇ। ਆ ਤੁਹਾਡੀਆਂ ਪੱਗਾਂ ਦੇ ਥੱਲੇ ਫਿਫਟੀਆਂ ਲੱਗੀਆਂ ਨਾ, ਅਸਲ 'ਚ ਦੋ ਪੱਗਾਂ ਬੰਨਣਾ ਵੀ ਆਜ਼ਾਦੀ ਦਾ ਪ੍ਰਤੀਕ ਆ। ਵੱਖਰੀ ਗੱਲ, ਜਦੋਂ ਅੰਗਰੇਜ਼ਾਂ ਦਾ ਰਾਜ ਆਇਆ, ਉਹਨਾਂ ਨੇ ਸਾਨੂੰ ਥੋੜ੍ਹਾ ਜਿਹਾ ਗੁਲਾਮ ਕਰਨ ਵਾਸਤੇ ਆ ਥੱਲੇ ਵਾਲੀ ਪੱਗ ਨੂੰ ਅੱਧੀ ਕਰਕੇ ਇਹਦਾ ਨਾਂ 50 ਦੇ ਦਿੱਤਾ। ਇਹ ਅੰਗਰੇਜ਼ਾਂ ਦਾ ਦਿੱਤਾ ਹੋਇਆ ਨਾਂ ਵਾ, 50 ਮਤਲਬ ਹਾਫ, ਅੱਧੀ ਪੱਗ। ਪਰ ਦੋ ਪੱਗਾਂ ਤਾਂ ਹੈਗੀਆਂ ਨਾ, ਇੱਕ ਵੱਡੀ ਆ, ਇੱਕ ਥੱਲੇ ਛੋਟੀ ਆ। ਇਹ ਦੋ ਪੱਗਾਂ ਦੱਸਦੀਆਂ ਵਾ ਗੌਰਮੈਂਟ ਨੂੰ ਵੀ ਅਸੀਂ ਆਪਣੇ ਗੁਰੂ ਦੇ ਮੁਤਾਬਕ ਆ, ਤੁਹਾਡੀਆਂ ਟੋਪੀਆਂ ਦੇ ਮੁਤਾਬਕ ਨਹੀਂ ਚੱਲਣ ਵਾਲੇ, ਅਸੀਂ ਗੁਰੂ ਦੀ ਦਿੱਤੀ ਹੋਈ ਪੱਗ ਦੇ ਮੁਤਾਬਕ ਚੱਲਣ ਵਾਲੇ ਆ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਸਾਹਮਣੇ ਅਕਾਲ ਤਖਤ ਬਣਾਇਆ, ਇਹਦਾ ਮਤਲਬ ਧਰਮ ਅਤੇ ਰਾਜਨੀਤੀ ਜੁਦਾ ਨਹੀਂ ਕੀਤੇ ਜਾ ਸਕਦੇ। ਆ ਸਾਡੇ ਸਿੱਖਾਂ 'ਚ ਪਿਛਲੇ 10-20 ਸਾਲਾਂ ਤੋਂ ਇੱਕ ਕਾਮਰੇਡੀ ਪ੍ਰਚਾਰ ਹੋਇਆ, ਨਾ ਜੀ ਨਾ ਗੁਰਦੁਆਰੇ 'ਚ ਸਿਰਫ ਧਰਮ ਦੀ ਗੱਲ ਕਰੋ, ਹੋਰ ਨਾ ਕੋਈ ਗੱਲ ਕਰਿਓ। ਜਦੋਂ ਦੀ ਗੁਰਦੁਆਰਿਆਂ 'ਚ ਅਸੀਂ ਰਾਜਨੀਤੀ ਦੀਆਂ ਗੱਲਾਂ ਬਾਹਰ ਕੱਢੀਆਂ, ਸਾਡਾ ਬੇੜਾ ਹੀ ਬਹਾਤਾ ਫੜ ਕੇ, ਕਹਿੰਦੇ ਗੁਰਦੁਆਰੇ ਆਓ, ਲੰਗਰ ਛਕੋ, ਦੇਗ ਲਓ, ਤੱਪੜ ਝਾੜੋ, ਭਾਂਡੇ ਮਾਂਜੋ ਅਤੇ ਘਰ ਨੂੰ ਚਲੇ ਜਾਓ। ਗੁਰਦੁਆਰੇ ਇਕੱਲੇ ਧਾਰਮਿਕ ਸਿੱਖਿਆ ਦੇਣ ਲਈ ਨਹੀਂ ਹੈਗੇ, ਗੁਰਦੁਆਰੇ ਰਾਜਨੀਤੀ ਦੀ ਸਿੱਖਿਆ ਵੀ ਦਿੰਦੇ ਆ। ਜੇ ਰਾਜਨੀਤੀ ਦੀ ਗੱਲ ਇੱਥੇ ਬਹਿ ਕੇ ਨਹੀਂ ਕਰਨੀ ਤਾਂ ਕਰਨੀ ਕਿੱਥੇ ਸੀ? ਅਸੀਂ ਕਰਨੀ ਕਿੱਥੇ ਸੀ? ਤੁਹਾਡਾ ਗ੍ਰੰਥੀ ਸਿੰਘ ਹੁਣੇ ਪੜੂਗਾ ਇੱਥੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਇਹ ਕਿਹੜਾ ਧਰਮ ਆ, ਇਹ ਤਾਂ ਸਿੱਧੀ ਸਿੱਧੀ ਰਾਜਨੀਤੀ ਆ। ਕਹਿ ਦਿਓ ਗ੍ਰੰਥੀ ਨੂੰ ਵੀ ਇਹ ਵੀ ਨਾ ਪੜਿਆ ਕਰੇ। ਤਾਬਿਆ ਬੈਠੇ ਬਾਬਾ ਜੀ ਨੇ ਹੁਕਮਨਾਮਾ ਲੈਣਾ ਵਾ ਹੁਣੇ ਹੀ,
ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਉਹਨੇ ਹੀ ਕਹਿਣਾ ਵਾ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹਾਂ ਦੇ ਸ਼ਾਹ ਹੋ ਜਿਸ ਪਾਸ ਬੈਠੀਆਂ ਸੋਹੀ ਹੈ ਸਭਨਾਂ ਦਾ ਵਿਸਾਓ ਇਹ ਵੀ ਬੰਦ ਕਰਾ ਦਿਓ ਇਹ ਕਿਹੜਾ ਧਰਮ ਹੈ ਤੇ ਸਿੱਧੀ ਸਿੱਧੀ ਰਾਜਨੀਤੀ ਆ ਚੈਲੰਜ ਆ ਦਿੱਲੀ ਨੂੰ ਧਰਮ ਤੇ ਰਾਜਨੀਤੀ ਜੁਦਾ ਨਹੀਂ ਕੀਤੇ ਜਾ ਸਕਦੇ ਸਿੱਖੋ ਅੱਜ ਵੀ ਸਮਝ ਲਓ ਜਿੱਦਣ ਦਾ ਤੁਸੀਂ ਧਰਮ ਤੇ ਰਾਜਨੀਤੀ ਨੂੰ ਵੱਖਰਿਆਂ ਵੱਖਰਿਆਂ ਕਰ ਦਿੱਤਾ ਛਿੱਤਰਾਂ ਦਾ ਮਸਾਲਾ ਰੋਜ਼ ਬਣਦਾ ਸਾਡੇ ਲਈ ਧਰਮ ਵੀ ਰੱਖੋ ਰਾਜਨੀਤੀ ਵੀ ਰੱਖੋ ਤੇ ਗੁਰੂ ਹਰਗੋਬਿੰਦ ਮਹਾਰਾਜ ਨੇ ਮੀਰੀ ਤੇ ਪੀਰੀ ਦੀਆਂ ਤੇਗਾਂ ਇਸੇ ਕਰਕੇ ਪਾਈਆਂ ਸੀ ਵੀ ਸਾਨੂੰ ਧਰਮ ਵੀ ਪੂਰਾ ਆਉਂਦਾ ਜੇ ਤੇ ਸਾਨੂੰ ਰਾਜਨੀਤੀ ਵੀ ਪੂਰੀ ਆਉਂਦੀ ਆ ਸਾਨੂੰ ਮਾਲਾ ਵੀ ਫੇਰਨੀ ਆਉਂਦੀ ਆ ਸਾਨੂੰ ਲੰਗਰ ਵੀ ਵਰਤਾਉਣਾ ਆਉਂਦਾ ਵਾ ਤੇ ਲੋੜ ਪਿਆ ਤੇ ਉਹ ਹੀ ਕੜਛੀ ਤੁਹਾਡੀਆਂ ਨਾਸਾਂ ਤੇ ਵੀ ਮਾਰ ਕੇ ਵਿਖਾਵਾਂਗੇ ਇਸ ਦੇਸ਼ ਦੀ ਬਹੁ ਗਿਣਤੀ ਨੇ ਬੋਧੀ ਖਾ ਲਏ ਬੋਧੀ ਛਿੱਤਰ ਖਾ ਕੇ ਨਿਕਲੇ ਇਸ ਦੇਸ਼ ਦੀ ਬਹੁ ਗਿਣਤੀ ਨੇ ਜੈਨੀ ਖਾ ਲਏ ਇਸ ਦੇਸ਼ ਦੀ ਬਹੁ ਗਿਣਤੀ ਕੋਲੋਂ ਮੁਸਲਮਾਨ ਡਰ ਕੇ ਬੈਠੇ ਆ ਤੁਹਾਡੇ ਵੱਲ ਮੂੰਹ ਇਸ ਕਰਕੇ ਨਹੀਂ ਕਰਦੇ ਛੇਤੀ ਕਿਤੇ ਕਰਦੇ ਤੇ ਹੈਗੇ ਆ ਛੇੜਦੇ ਹੈਗੇ ਤੁਹਾਨੂੰ ਪਰ ਬਹੁ ਗਿਣਤੀ ਮੂੰਹ ਇਸ ਕਰਕੇ ਨਹੀਂ ਕਰਦੀ ਵੀ ਇਹਨਾਂ ਨਿਰੇ ਲੰਗਰ ਨਹੀਂ ਵਰਤਾਉਣੇ ਇਕੱਲੇ ਫੁਲਕੇ ਨਹੀਂ ਲਾਉਣੇ ਇਹਨਾਂ ਨੂੰ ਇਹਨਾਂ ਦਾ ਗੁਰੂ ਹੱਥ 'ਚ ਤੇਗ ਫੜਾ ਕੇ ਗਿਆ ਲੋੜ ਪੈਣ ਦੇ ਨਾਲ ਦੂਜਾ ਰੂਪ ਵੀ ਲੈ ਕੇ ਆ ਜਾਣਾ ਵਾ ਦਰਬਾਰ ਸਾਹਿਬ ਦੇ ਸਾਹਮਣੇ ਤਖ਼ਤ ਬਣਦਾ ਹੈ ਉਸ ਤਖ਼ਤ ਉੱਤੇ ਸਿੱਖ ਜਗਤ ਦੇ ਸਭ ਤੋਂ ਪਹਿਲੇ ਦੋ ਢਾਡੀ ਆਏ ਬਾਬਾ ਨਾਥ ਮੱਲ ਤੇ ਬਾਬਾ ਅਬਦੁਲ ਖੈਰ ਮਹਾਰਾਜ ਕਹਿੰਦੇ ਕੁਝ ਸੁਣਾਓ ਆ ਸੁਣੋ ਢਾਡੀ ਸਿੰਘਾਂ ਦੇ ਕੋਲੋਂ ਸਿੱਖ ਇਤਿਹਾਸ ਦਾ ਪਹਿਲਾ ਢਾਡੀ ਦਰਬਾਰ ਲੱਗਣ ਲੱਗਾ ਜੀ ਜਿਹੜੀ ਵਾਰ ਉਹਨਾਂ ਨੇ ਸੁਣਾਈ ਆ ਉਹੋ ਹੀ ਇਹ ਸੁਣਾਉਣਗੇ ਜਿਹੜੀ ਤਰਜ ਵਿੱਚ ਉਹਨਾਂ ਨੇ ਸੁਣਾਈ ਆ ਉਹੋ ਹੀ ਤਰਜ ਇਹ ਸੁਣਾਉਣਗੇ ਸਿੱਖ ਹਿਸਟਰੀ ਦੇ ਪਹਿਲੇ ਦੋ ਢਾਡੀ ਬਾਬਾ ਨਾਥ ਮੱਲ ਤੇ ਬਾਬਾ ਅਬਦੁਲ ਖੈਰ ਅਕਾਲ ਤਖ਼ਤ ਸਾਹਿਬ ਦੇ ਵਿਹੜੇ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਦੀ ਸਿਫਤ ਵਿੱਚ ਇੱਕ ਵਾਰ ਪੀਰ ਬੈਠਾ ਗੁਰਭਾਰੀ
ਸਿਪਾਹੀ